ਪੈਸਾ ਕਿਵੇਂ ਨੇ ਪੈਸੇ ਕਿਵੇਂ ਕੋਲ ਖੇਡਣਾ ਗਰਦ ਕੱਢਦੇ ਸੀ ਪੂਰਾ ਹੀ ਲੈ ਗਿਆ ਕਿ ਦੋਨੋਂ ਆ ਗਿਆ ਬਾਹਰ ਨੂੰ ਪੈਸੇ ਨਾਲ ਤੇ ਆਹ ਵਾਲਾ ਕਦੇ ਆਸਤੇ ਆਪਾਂ ਇਹ ਵੀ ਇੱਥੋਂ ਹੀ ਨਿਕਲਦਾ ਭਾਵਾ ਬਹੁਤ ਲੰਮਾ ਜਾਉੜਨ ਦਾ ਕਿਉਂ ਥੱਲੀ ਉਹ ਡਰੋਨ ਜਾ ਕਿਹੜਾ ਲਈ ਫਿਰਦਾ ਸੀ ਜੱਟ ਦਾ ਲਲਕਾਰਾ ਕਹਿੰਦੇ ਬਾਂਦਰਾਂ ਤੱਕ ਸੁਣਦਾ ਇਹ ਹੀਰੋ ਹੈ ਚਲਾਓ ਜੀ ਮੈਚ ਫਾਈਨਲ ਦੇ ਵਿੱਚ ਕੱਟਿਆਂ ਵਾਲੀ ਆ ਬਈ ਕੱਟਿਆਂ ਵਾਲੀ ਫਾਈਨਲ ਦੇ ਵਿੱਚ ਲਓ ਮੈਚ ਦੀ ਸ਼ੁਰੂਆਤ ਹੋ ਚੁੱਕੀ ਦਰਸ਼ਕ ਵੀਰੋ ਬਹੁਤ ਤਕੜਾ ਮੈਚ 11:21 ਦਾ ਸਮਾਂ ਬਹੁਤਾ ਹੱਸਣਾ ਨੀ ਚੰਗਾ ਬਹੁਤਾ ਰੋਣਾ ਵੀ ਨੀ ਚੰਗਾ ਬਹੁਤਾ ਜਾਗਣਾ ਨੀ ਚੰਗਾ ਬਹੁਤਾ ਸੋਣਾ ਵੀ ਨੀ ਚੰਗਾ ਮੁੱਠੀ ਬੰਦ ਰਹੇ ਚੰਗੀ ਖੁੱਲਗੀ ਪਵਾੜੇ ਪਾਊਗੀ ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ ਪਹਿਲੀ ਸਫਲਤਾ ਜੁੜ ਗਈ ਹੈ ਭੰਡਿਆਰੀ ਦੇ ਖਾਤੇ ਜ਼ਰੂਰੀ ਅਨਾਊਂਸਮੈਂਟ ਹੈ ਜੀ ਚੁੱਕਿਆਂ ਵਾਲੇ ਵੀਰ ਜਿਹੜੇ ਚੁੱਕਿਆਂ ਦੀ ਟੀਮ ਖੇਡ ਕੇ ਗਈ ਹੈ ਔਰ ਬਹੁਤ ਟਾਈਮ ਹੋ ਗਿਆ ਇੱਥੋਂ ਗਿਆਨ ਨੂੰ ਮੁੰਡਿਆਂ ਦਾ ਫੋਨ ਆਇਆ ਹੁਣ ਪਹੁੰਚੇ ਉਹ ਘਰੇ ਔਰ ਸੇਮੇ ਵਰਗੇ ਵੀਰ ਢਿੱਲੋਂ ਸਾਹਿਬ ਉਹਨਾਂ ਨੇ ਫੋਨ ਕਰਕੇ ਸਪੈਸ਼ਲ ਆਖਿਆ ਵੀ ਜਿਹੜੀਆਂ ਟੀਮਾਂ ਦੀ ਦੂਰ ਦੀ ਬਾਤ ਆ ਨਾ ਉਹ ਰਿਸਕ ਨਾ ਲੈਣ ਜਾਣਦਾ ਵੀ ਧੁੰਦ ਬਹੁਤ ਜ਼ਿਆਦਾ ਚੁੱਕਿਆਂ ਦੇ ਵੀਰਾਂ ਦਾ ਫੋਨ ਆਇਆ ਸੀਗਾ ਵੀ ਜਿਹੜੀਆਂ ਟੀਮਾਂ ਨੇ ਦੂਰ ਦੁਰਾਡੇ ਦੀ ਬਾਤ ਆ ਉਹ ਕਿਰਪਾ ਕਰਕੇ ਇੱਥੇ ਹੀ ਰਹਿ ਜਾਣ ਉਹ ਜਾਣ ਨਾ ਰਿਸਕ ਨਾ ਲੈਣ ਕਿਉਂਕਿ ਚੁੱਕਿਆਂ ਦੇ ਵੀਰ ਕਹਿੰਦੇ ਵੀ ਅਸੀਂ ਮਸਾਂ ਹੀ ਘਰੇ ਪਹੁੰਚੇ ਆ ਚਾਰ ਘੰਟੇ ਹੋ ਗਏ ਇੱਥੋਂ ਤੁਰਿਆਂ ਨੂੰ ਹੁਣ ਚੁੱਕੇ ਪਿੰਡ ਪਹੁੰਚੇ ਆ ਮੁੰਡੇ ਉਹਨਾਂ ਦਾ ਫੋਨ ਆਇਆ ਵੀਰਾਂ ਦਾ ਵੀ ਜ਼ਰੂਰ ਅਨਾਊਂਸਮੈਂਟ ਕਰਨੀ ਆ ਪਰ ਧੁੰਦ ਬਹੁਤ ਜ਼ਿਆਦਾ ਜਿਹੜੀਆਂ ਟੀਮਾਂ ਦੂਰ ਦੁਰਾਡੇ ਦੀਆਂ ਨੇ ਔਰ ਕਿਰਪਾ ਕਰਕੇ ਇੱਥੇ ਰਹਿ ਪੈਣ ਮੈਂ ਬੇਨਤੀ ਕਰਦਾ ਜਿਹੜੇ ਦਰਸ਼ਕ ਵੀਰ ਵੀ ਆਏ ਆ ਉਹ ਵੀ ਤੁਸੀਂ ਵੀ ਧਿਆਨ ਨਾਲ ਘਰੋਂ ਘਰੇ ਜਾਣਾ ਹੈ ਬਹੁਤ ਹੀ ਸਰਕਾਰ ਯੋਗ ਵੀਰ ਤੁਸੀਂ ਸਾਡੇ ਮੇਰੀ ਬੇਨਤੀ ਹੈ ਜਿਹੜੇ ਦਰਸ਼ਕ ਵੀਰ ਬੈਠੇ ਆ ਚਾਰ ਚਫੇਰੇ ਸਾਰਿਆਂ ਦੀ ਗੌਰ ਰੱਖਣੀ ਹੈ ਔਰ ਇਹਦੇ ਨੰਬਰ ਜਿਹੜਾ ਜੁੜ ਗਿਆ ਦਵਿੰਦਰ ਬਰਾੜ ਕਲੱਬ ਭੰਡਿਆਰੀ ਦੇ ਖਾਤੇ ਦੂਜਾ ਸੈਮੀ ਮੈਚ ਹੈ ਗੁਰਦਾਰੀਆਂ ਦੇ ਵੱਡੇ ਖੇਡ ਮੇਲੇ ਦਾ ਇੱਕ ਫਾਈਨਲ ਮੈਚ ਇਸ ਤੋਂ ਬਾਅਦ ਜਿਹੜਾ ਉਹ ਬਾਕੀ ਹੈ ਔਰ ਕਿਹੜੀ ਟੀਮ ਜਿੱਤਦੀ ਹੈ ਕੱਲ ਗੱਲੇ ਦੀ ਧਰਤੀ ਦੇ ਟੀਮਾਂ ਦਾ ਮੈਚ ਲੱਗਿਆ ਪਰ ਆਹ ਮੁੰਡਾ ਹੈ ਨਹੀਂ ਸੀਗਾ ਜਿਹੜਾ ਅੱਜ ਆਇਆ ਰੋਸ਼ਾ ਦੀ ਬੀ ਟੀਮ ਕੱਲ ਜਿੱਤੀ ਹੈ ਅੱਜ ਫੇਰ ਇਹ ਟੀਮਾਂ ਦੀ ਇੱਕ ਵੱਡੀ ਟੱਕਰ ਆ ਪਰ ਅੱਜ ਦੋ ਚਿਹਰੇ ਬਦਲੇ ਆ ਸੁੱਖਾ ਤੇ ਬਬਲੂ ਨਾਲ ਆ ਗਏ ਆ ਉਧਰ ਚੰਦਬਾਜੇ ਵਾਲਾ ਤੇ ਨਿੱਟ ਤੇ ਜਿਹੜਾ ਮੁੰਡਾ ਫਰੋਸ਼ਾ ਬਿਜਲੀ ਖੇਡਦਾ ਇਹ ਮੁੰਡਾ ਇੱਕ ਮੋਟਰਸਾਈਕਲ ਦਾ ਜੇਤੂ ਆ ਇਹ ਅਰਸ਼ਾ ਜੌਲ ਪਰਿਵਾਰ ਦਾ ਜਿਹੜਾ ਫਰੋਸ਼ਾ ਬੀ ਦਾ ਮੁੰਡਾ ਨਿੱਟ ਤੇ ਖੇਡਦਾ ਇਹ ਵੀ ਇੱਕ ਮੋਟਰਸਾਈਕਲ ਦਾ ਜੇਤੂ ਆ ਇੱਕ ਸਾਲ ਲਟਾਲੇ ਦੇ ਕੱਪ ਦੇ ਸੋਨੇ ਦੀ ਮੁੰਡੀ ਜਿੱਤ ਕੇ ਧੰਨ ਧੰਨ ਕਰਵਾਈ ਆ ਬੜਾ ਤਗੜਾ ਖਿਡਾਰੀ ਆ ਖੇਡ ਵਾਲੀਬਾਲ ਦਾ ਪਟਾਕੇ ਪੈਣੇ ਆ ਠੰਡ ਬਹੁਤ ਜ਼ਿਆਦਾ ਔਰ ਖਿਡਾਰੀ ਫਿਰ ਵੀ ਇੰਨਾ ਵੱਡਾ ਹੌਸਲਾ ਕਰਕੇ ਗਰਾਊਂਡ 'ਚ ਖੇਡਦੇ ਆ ਇੱਕ ਵਾਰੀ ਯਾਰ ਤਾੜੀ ਮਾਰ ਕੇ ਹੌਸਲਾ ਦਿਓ ਦੋਵਾਂ ਟੀਮਾਂ ਨੂੰ ਦੇਖੋ ਕਿੰਨੀ ਜ਼ਿਆਦਾ ਠੰਡ ਆ ਔਰ ਫਿਰ ਵੀ ਖਿਡਾਰੀ ਵੱਡਾ ਹੌਸਲਾ ਕਰਕੇ ਖੜੇ ਆ ਬੂਟੇ ਕਾਰੀ ਯਾਰਾਂ ਗੱਲ ਔਰ ਮੁੰਡਾ ਨੰਬਰਦਾਰਾਂ ਦਾ ਜਿਹੜਾ ਕਦੇ ਟਰਾਈ ਕਰਦਾ ਪਰ ਫੈਸਲੇ ਕਰ ਗਿਆ ਮੁੰਡਾ ਘੱਟਿਆਂ ਵਾਲੀ ਪਿੰਡ ਦਾ ਫੈਸਲੇ ਹੋ ਗਏ ਆ ਫੈਸਲੇ ਹੋ ਗਏ ਉਧਰ ਚੰਨੀ ਖੇੜੇ ਵਰਗੇ ਜਗਪਾਲ ਵਰਗੇ ਜ਼ਿੰਦਗੀ ਦੇ ਬਹੁਤ ਪਿਆਰੇ ਵੀਰ ਹੈ ਖੇੜੇ ਪਿੰਡ ਦੀਆਂ ਗੱਲਾਂ ਹੋਣੀਆਂ ਢਿੱਲੋਂ ਕਹਿੰਦਾ ਵੀ 26 ਫਰਵਰੀ ਹੈ ਢਿੱਲੋਂ ਖੇੜੇ ਦਾ ਵੱਡਾ ਕੱਪ ਅਹਿੰਦਗੜ੍ਹ ਮੰਡੀ ਦੇ ਮੁਕਲ ਦੇ ਲਾਗੇ ਵਸਿਆ ਪਿੰਡ ਹੈ ਤੇ ਚੰਨੀ ਖੇੜੇ ਦਾ ਨਾਮ ਵੀ ਕਹਿੰਦੇ ਹੁਣ ਵਾਲੀਬਾਲ ਦੇ ਪ੍ਰਮੋਟਰਾਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਆਉਂਦਾ ਹੈ ਔਰ ਗੋਲਡ ਸਪੌਂਸਰਾਂ ਦੇ ਵਿੱਚ ਆਉਂਦਾ ਹੈ ਚੰਨੀ ਖੇੜੇ ਦੀਆਂ ਵੀ ਗੱਲਾਂ ਬਾਤਾਂ ਵੱਖਰੀਆਂ ਹੈ ਕੱਲ ਦੇ ਖੇਡ ਮੇਲੇ ਦਾ ਬੈਸਟ ਰਿਹਾ ਹੈ ਇੱਕ ਮੁੰਡਾ ਬੰਟੂ ਤੇ ਇੱਕ ਲੰਬਾ ਫਰੋਜ਼ਪੁਰੀਆ ਅੱਜ ਜਗ੍ਹਾ ਨਹੀਂ ਆਇਆ ਕੱਲ ਡੱਲੇ ਦੇ ਖੇਡ ਮੇਲੇ ਦੇ ਬੈਸਟ ਰਹੇ ਹੈ ਖਿਡਾਰੀ ਉਧਰ ਸੁਖੂ ਜਿੰਨੇ ਨੰਬਰ ਲੈਂਦਾ ਹੈ ਤੇ ਚਕਰਧਰ ਬੰਨਿਓ ਉਹਨੇ ਜਿਹੜੇ
जिंदड़ी पर वेखण नूं दो लगदे तेरी मेरी एक जिंदड़ी प्यार बड़ा दोनां दे विच ते वाहिगुरु प्यार इत्थे कायम रखे प्यार इत्थे ही बणिया रहे आओ गल्लां प्यार दीआं पगवट यार है पगवट भरा आपां कह दईए बहुत वधिया मैच खेड मैदान दे विच अज यारां दा मेला है तगड़ा खेड मैदान मुंडिया दुनिया जुड़ी हुई है खेड मैदान तगड़ा मुकाबला खेडिया जा रहा है मैच होणगे टिकाणे जट आउणगे टिकाने का मैच है टिकाने दीम है चंद बाजे वाला जिन्हू किंदा कहने दुनिया भलवाना वर्गी दिख है मुंडे की धरती धक् कह दुनिया और चंद बाजे वाला किंदा भी साड़ा वीर मैचा का तकड़ा खिडारी खेड मैदान उधर भुलर कनेडा भी साड़ा छोटा वीर है पक्के तौर पर कनेडा जा वसया है वह भी इन्होंने मैचों का लैब आनंद मान रहे हैं उधर जेकर लंबा शालू तो नंबर लेंदा ते 200 का नंबर होना राजवीर साडा कोटकपुरे वाला वह कहता जेकर लंबा शालू तो पॉइंट लेंदा ते आपां 200 दे मार करने हैं पर बाल जिहड़ी आउट है और सफलता जिहड़ी जुड़ गई है दविंदर ब्राड क्लब यूएसए भंडारी के खाते कला कला पॉइंट जिहड़ा बड़े जोर नाल आउणा है की हो गया बबरू ਕਿਹੜਾ ਦੂਜੇ ਸਿੱਟੀ ਜਾਂਦਾ ਗੂਠਿਆਂ ਵਾਲੇ ਦਿਨ ਦਿਲ ਵੀ ਆ ਰਿਹਾ ਦਿਲ ਆਉਣ ਦੇ ਬਈ ਹੋਰ ਉਹਨੂੰ ਕੀ ਗੱਲ ਹੋ ਗਈ ਆਦਮਪੁਰਾ ਹਰ ਗਈ ਵੀਰੇ ਦਲਜੀਤ ਧਾਲੀਵਾਲ ਆਦਮਪੁਰਾ ਹਰ ਗਈ ਵੀਰੇ ਸੈਮੀ ਫਾਈਨਲ ਮੈਚ बॉल वज जाती है ना बच्चे कई चंद बाजे वाले ठंड भी बड़ी है तैन हथ सारे जेबा दे खेसा बुकलों के एन मारिया हुई है ते इधर देखो भी बाल हवा भी फुल है ते हथा नू लगती है धाना वह हथ जे बाला मोड़ते हैं बहुत वधिया मुकाबला खेड मैदान दुनिया के बड़े बड़े प्रमोटर जुड़े हुए हैं मैच बहुत वधिया खेडे जा रहे हैं नकल चोदियां दे हर कोई कर लैंदा है
ਪਰ ਤਖਤੇ ਫਾਂਸੀ ਦੇ ਲਟਕਣਾ ਬਹੁਤ ਔਖਾ ਝੂਠਾ ਯਾਰ ਨਹੀਂ ਸਿਰੇ ਤਾਈ ਲਾ ਸਕਦਾ ਬੰਦਾ ਸੱਚੇ ਨੂੰ ਅੜਕਣਾ ਬਹੁਤ ਔਖਾ ਦਾਨੀ ਬੰਦਾ ਦਿਲ ਖੋਲ ਕੇ ਦਾਨ ਕਰਦਾ ਬੰਦਾ ਪੈਸਾ ਕੰਜੂਸ ਨੂੰ ਖਰਚਣਾ ਬਹੁਤ ਔਖਾ ਉਹ ਨਕਲੀ ਨੋਟ ਦੀ ਧਰਮਿਆ ਪਰਖਾ ਜੂ ਪਰ ਨਕਲੀ ਯਾਰ ਨੂੰ ਪਰਖਣਾ ਬਹੁਤ ਔਖਾ ਪਰ ਨਕਲੀ ਯਾਰ ਨੂੰ ਪਰਖਣਾ ਬਹੁਤ ਔਖਾ ਅੱਜ ਯਾਰਾਂ ਦਾ ਮੇਲਾ ਖੇਡਿਆ ਜਾ ਰਿਹਾ ਚਾਰ ਤੇ ਜੀਰੋ ਜੀ ਚਾਰ ਨੰਬਰ ਹੈ ਭੰਡਿਆਰੀ ਦੇ ਤੇ ਫਿਰੋਜ਼ ਸਾਹਿਬ ਬੀ ਵਾਲੇ ਮੁੰਡਿਆਂ ਦਾ ਖਾਤਾ ਨਹੀਂ ਖੁੱਲਿਆ ਹੈ ਇੱਕ ਗੱਲ ਦਰਸ਼ਕ ਵੀਰਾਂ ਨੂੰ ਮੈਂ ਹੋਰ ਦੱਸ ਰਿਹਾ ਵੀ ਕੱਲ੍ਹ ਡੱਲੇ ਦੇ ਵਿੱਚ ਆਹ ਟੀਮਾਂ ਦਾ ਫਾਈਨਲ ਮੈਚ ਲੱਗਿਆ ਹੈ ਅੱਜ ਸੈਮੀ ਦੇ ਵਿੱਚ ਭੇਡ ਹੋ ਗਿਆ ਹੈ ਕੱਲ੍ਹ ਫਾਈਨਲ ਦੇ ਵਿੱਚ ਆਹ ਟੀਮਾਂ ਦੀ ਟੱਕਰ ਹੋਈ ਫਿਰੋਜ਼ ਸਾਹਿਬ ਦੀ ਬੀ ਟੀਮ ਪਹਿਲੇ ਨੰਬਰ ਤੇ ਰਹੀ ਭੰਡਿਆਰੀ ਵਾਲੇ ਦੂਜੇ ਨੰਬਰ ਤੇ ਰਹੇ ਹੈ ਅੱਜ ਵੇਖਾਂਗੇ ਵੀ ਜੇਤੂ ਰਸ ਚੱਲਦਾ ਫਿਰੋਜ਼ ਵਾਲਿਆਂ ਦਾ ਜਾਂ ਫਿਰ ਭੰਡਿਆਰੀ ਵਾਲੇ ਬਰਾਬਰ ਦੀ ਲੀਡ ਉਹ ਮੈਚ ਬਰਾਬਰ ਕਰਦੇ ਹੈ ਕੱਲ ਦੀ ਲੀਡ ਜਿਹੜੀ ਬਰਾਬਰ ਕਰਨਗੇ ਇਹ ਤੇ ਸਮੇਂ ਦੀਆਂ ਬਾਤਾਂ ਹੈ ਔਰ ਬਾਕੀ ਗੱਲਾਂ ਜਿਹੜੀਆਂ ਸਮੇਂ ਦੀਆਂ ਨੇ ਉਧਰ ਸਿਵੀਆਂ ਵਾਲੇ ਸਾਡੇ ਬਹੁਤ ਸਤਿਕਾਰ ਦੇ ਯੋਗ ਡਾਕਟਰ ਸਰਵੀਰ ਜੀ ਨਾਲ ਮਨਪ੍ਰੀਤ ਸਾਹਮਣੇ ਹੋਣੀ ਵੀਰ ਸਾਡੇ ਨਾਲ ਅਮਰੀਕ ਹੈ ਭਰਾ ਸਾਡਾ ਸਿਵੀਆਂ ਵਾਲਾ ਆਪਣੇ ਮਿੱਤਰਾਂ ਦੇ ਨਾਲ ਰਾਜੇ ਵਰਗੇ ਵੀਰ ਸਾਡੇ ਗੁਰਪ੍ਰੀਤ ਸੰਧੂ ਲਾਡੀ ਸੰਧੂ ਹੋਣੀ ਸੀਪੇ ਸੰਧੂ ਵਰਗੇ ਸਾਰੇ ਵੀਰ ਆ ਸਾਡੇ ਸਿਵੀਆਂ ਪਿੰਡ ਵਾਲੇ ਭਰਾ ਬੈਠੇ ਆ ਮਾਣ ਕਰਦੇ ਮੁੰਡਿਆਂ ਦੀ ਖੇਡ ਉੱਪਰ ਔਰ ਗੱਲਾਂ ਲੱਗ ਰਹੀਆਂ ਟਿਕਾਣੇ ਖਾਂਡਵਾ ਵੀ ਕਹਿੰਦੇ ਆਪਣਾ ਕਹਿਰ ਆਪਣਾ ਜੋਰ ਆ ਇਹ ਸਾਰੇ ਕਹਿੰਦੇ ਨਿਯਮ ਜਿਹੜੇ ਰੱਬ ਦੇ ਬਣਾਏ ਹੋਏ ਆ ਇਹ ਕੁਦਰਤ ਆ ਔਰ ਉਹਨੇ ਆਪਣੀ ਚਾਲ ਚੱਲਦੇ ਜਾਣਾ ਬੰਦੇ ਨੂੰ ਉਹਦੇ ਕੌੜੀ ਢੱਲਣਾ ਪੈਂਦਾ ਕਦੇ ਕੁਦਰਤ ਨਹੀਂ ਬੰਦੇ ਦੇ ਕੌੜੀ ਚੱਲਦੀ ਬੰਦੇ ਨੂੰ ਉਹਦੇ ਅੰਡਰ ਰਹਿਣਾ ਪੈਂਦਾ ਔਰ ਸਾਹਮਣੇ ਬਾਲ ਜਿਹੜੀ ਫਾਉਲ ਹੈ ਖੇਡ ਦੇ ਮੈਦਾਨ ਵਿੱਚ ਵੀ ਇੱਕ ਨਾ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾ ਦੇ ਘਰ ਧੀ ਧੀਆਂ ਘਰ ਦੋਤਰੇ ਇੱਕ ਨਾ ਦੇ ਘਰ ਇੱਕ ਤੇ ਉਹੀ ਜਾਏ ਮਰ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ ਇਹ ਉਹਦੀਆਂ ਰਚਾਈਆਂ ਖੇਡਾਂ ਸਾਰੀਆਂ ਨੇ ਕਿਤੇ ਧੁੱਪ ਕਿਤੇ ਛਾਂ ਕਿਤੇ ਗਰਮੀ ਕਿਤੇ ਠੰਡ ਆ ਕਿਤੇ ਦਿਨ ਕਿਤੇ ਰਾਤ ਆ ਇਹ ਉਹਦੀਆਂ ਰਚਾਈਆਂ ਖੇਡਾਂ ਸਾਰੀਆਂ ਔਰ ਉਵੇਂ ਆਪਾਂ ਨੂੰ ਖੇਡਣੀਆਂ ਪੈਂਦੀਆਂ ਨੇ ਪਰ ਮੇਰ ਕਰੇ ਪਰਮਾਤਮਾ ਮੁੰਡਿਆਂ ਦਾ ਜੋਰ ਲੱਗਾ ਪਿਆ ਆਹ ਮੁੰਡਾ ਜਿਹੜੇ ਬਰਨਾਲੇ ਦੇ ਸੇਖੇ ਜਲੂਰ ਦੇ ਏਰੀਏ ਦਾ ਜਲੂਰ ਵਾਲਾ ਅਰਸਾ ਵੀ ਇੱਕ ਸਾਲ ਗੋਦਵਾਲ ਦੇ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਰਿਹਾ ਹੈ ਇਹ ਮੁੰਡੇ ਦੀ ਵੀ ਚਰਚਾ ਬੜੀ ਹੈ ਉਧਰ ਥੰਮਣ ਵਾਲੀ ਆ ਚੱਕਰਧਰ ਕਹਿੰਦਾ ਇਹ ਸੁੱਖੂ ਜਿੰਨੇ ਨੰਬਰ ਕਿੰਨੇ ਤੋਂ ਲੈਂਦਾ ਹੈ ਹਰ ਇੱਕ ਨੰਬਰ ਦਾ 500 ਦਿੱਤਾ 1100 ਦਿੱਤਾ ਜਾਣਾ ਕਿੰਨੇ ਤੋਂ ਸੁੱਖੂ ਜਿੰਨੇ ਨੰਬਰ ਲੈਂਦਾ 1100 ਇੱਕ ਨੰਬਰ ਦਾ ਹੋਵੇਗਾ ਬਹੁਤ ਵਧੀਆ ਮੈਚ ਤਿਆਰ ਹੈ ਕਹਿੰਦੇ ਚੰਦ ਬਾਜੇ ਵਾਲਾ ਕਹਿੰਦਾ ਇੱਧਰ ਮੁੰਡੇ ਹਰਿਆਣੇ ਵਾਲੇ ਤਿਆਰ ਹੈ ਉਹ ਬੜਾ ਬਿਹਤਰੀਨ ਮੈਚ ਖੇਡ ਮੈਦਾਨ ਦੇ ਵਿੱਚ ਬੜਾ ਰੋਮਾਂਚਕ ਜਿਹਾ ਮੈਚ ਹੈ ਬਿਹਤਰੀਨ ਖਿਡਾਰੀ ਜਿਹੜੇ ਖੇਡ ਰਹੇ ਖੇਡ ਮੈਦਾਨ ਦੇ ਵਿੱਚ ਉੱਧਰ ਜਸਵੀਰ ਤੇ ਜਸਨ ਸੁੱਖੂ ਦੀਆਂ ਪੰਜ ਬਾਲਾਂ ਤੇ ਲੋਕਾਂ ਦਾ ਵੀ 500 ਦੀਆਂ ਹੋਣਗੀਆਂ ਦੁਨੀਆਂ ਬੜਾ ਪਿਆਰ ਕਰਦੀ ਹੈ ਸੁੱਖੂ ਦੀ ਖੇਡ ਨੂੰ ਔਰ ਲੱਪਾ ਵੀ ਤੂਫਾਨ ਅੱਜ ਦੀ ਤਰੀਕ ਦਾ ਔਰ ਜਲੂਰ ਵਾਲਾ ਅਰਸ ਖੇਡ ਮੈਦਾਨ ਦੇ ਵਿੱਚ ਇਹ ਹੈ ਜ਼ਿਲ੍ਹੇ ਬਰਨਾਲੇ ਦਾ ਖਿਡਾਰੀ ਚੱਲ ਚੱਲੀਏ ਮੇਲੇ ਮਿੱਤਰਾਂ ਦੇ ਔਰ ਭਾੜਾ ਨਹੀਂ ਲੱਗਣਾ ਮੁੰਡਾ ਤੇਰਾ ਮੈਂ ਚੱਕ ਲੂ ਬਰਨਾਲੇ ਦਾ ਮੇਲਾ ਬੜਾ ਪ੍ਰਸਿੱਧ ਹੈ ਸਤਰਾਮ ਅਦਾਸੀ ਦੀ ਧਰਤੀ ਮੰਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਧਰਤੀ ਮਾਂ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਸਤਰਾਮ ਅਦਾਸੀ ਦੀ ਧਰਤੀ ਸ਼ਹੀਦ ਮਹਾਨ ਸੇਵਾ ਸਿੰਘ ਜੀ ਠਿਕਰੀ ਬਾਲ ਜ਼ਿਲ੍ਹੇ ਬਰਨਾਲੇ ਦੀ ਵੱਡੀ ਦੇਣ ਜ਼ਿਲ੍ਹੇ ਬਰਨਾਲੇ ਨੇ ਵੱਡੇ ਵੱਡੇ ਅਦਾਕਾਰਾਂ ਨੂੰ ਜਨਮ ਦਿੱਤਾ ਹੈ ਚਾਹੇ ਪ੍ਰਸਿੱਧ ਨਾਵਲਕਾਰ ਰਾਮ ਸਰੂਪਨਖੀ ਦਾ ਜ਼ਿਕਰ ਹੋਵੇ ਚਾਹੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲੇ ਦਾ ਜ਼ਿਕਰ ਹੋਵੇ ਓਮ ਪ੍ਰਕਾਸ਼ ਗਾਸੂ ਵਰਗੇ ਪ੍ਰਸਿੱਧ ਨਾਵਲਕਾਰ ਪ੍ਰਸਿੱਧ ਸਾਹਿਤਕਾਰ ਜ਼ਿਲ੍ਹੇ ਬਰਨਾਲੇ ਦੇ ਜਿਹੜੇ ਦਿੱਤੇ ਹੈ ਉਹ ਸਭ ਤੋਂ ਛੋਟਾ ਜ਼ਿਲ੍ਹਾ ਬਰਨਾਲਾ ਹੈ ਇਹ ਕਹਿੰਦੇ ਜ਼ਿਲ੍ਹੇ ਬਰਨਾਲੇ ਦੇ ਜਲੂਰ ਪਿੰਡ ਦਾ ਅਰਸਾ ਜਿਹੜਾ ਮੁੰਡਾ ਨਿੱਟ ਤੇ ਖੇਡਦਾ ਹੈ ਰੋਸਾ ਦੀ ਬੀ ਟੀਮ ਦੇ ਲਈ ਬਹੁਤ ਵਧੀਆ ਮੁਕਾਬਲਾ ਹੈ ਖੇਡ ਮੈਦਾਨ ਦੇ ਵਿੱਚ ਦੇਖਣੋ ਕਿੰਨਾ ਚਿਰ ਹੋ ਗਿਆ ਇਹਨੂੰ ਉਹਦੇ ਗਿਆ ਬੈਂਕ 'ਚ ਪੈਸੇ ਜੇ ਭਰਨੇ 15 ਦਿਨ 'ਚ ਭਰੇ ਭਾਵੇਂ ਉੱਥੇ ਭਾਵੇਂ ਨਾ ਅਪਾਇੰਟਮੈਂਟ ਲੈਣੀ ਪੈਂਦੀ ਬੈਂਕ ਕਿਹੜਾ ਮਾੜੀ ਝੀੜੀ ਹੈ
ਤੈਨੂੰ ਦੱਸ ਹੁਣ ਘਰੇ ਜਾ ਕੇ ਸਬਰ ਵੀ ਕਰ ਲਾ ਹੁਣ ਗੋਲੇ ਪਈ ਹੁੰਦੀ ਹੈ ਮੈਨੂੰ ਪਤਾ ਨਾ ਕੀ ਪਈ ਗੋਲੇ ਪਈ ਹੁੰਦੀ ਕੋਲੇ ਫੇਰ ਕੀ ਹੈ ਕੌਣ ਸਾਈਡ ਲੈਣ ਹੁੰਦਾ ਤੜਕੇ ਲਾ ਤੇਰਾ ਬਈ ਯਾਰ ਮੈਨੂੰ ਨੰਬਰ ਸੈਂਡ ਕੀਤਾ ਉਹਨੇ ਤੇਰਾ ਨੰਬਰ ਮੇਰੇ ਕੋਲੇ ਫੋਨ ਮੈਂ ਬਦਲਿਆ ਸੀ ਨਾ ਕਾਲੇ ਨੇ ਮੇਰੇ ਕੋਲੇ ਸਾਰੇ ਨੰਬਰ ਹੀ ਆਉਟ ਕਿੱਦੇ ਕਾਲੇ ਨੇ ਕਿਉਂ ਕਾਲੇ ਦਾ ਤਾਂ ਆਪ ਨਹੀਂ ਸੀਗਾ ਮੇਰੇ ਕੋਲੇ ਉਹਨੇ ਝਰਨੇ ਅਤੇ ਉਹ ਭਰੀ ਬੈਠਾ ਮਿਲਣਾ ਚਾਚਾ ਅੱਛਾ ਲੱਗਦਾ ਮੇਰੇ ਪੈਦਾ ਸ਼ਰਮ ਕਰ ਲਾ ਅੱਛਾ ਲੱਗਦਾ ਮੈਨੂੰ ਅਤੇ ਫਿਰ ਉਹਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਚਾਚੀ ਵੀ ਲੈ ਕੇ ਦੇ ਫੜਕੜੀ ਕੱਟੇ ਤੇ ਝੱਲ ਤੇ ਦੀਵਾ ਗੁੱਲ ਇਹ ਚੰਦਵਾਜੇ ਵਾਲਾ ਦੀਵੇ ਗੁੱਲ ਕਰਦਾ ਕੰਪਿਊਟਰ ਕਮਾਲ ਕਰ ਦਿੱਤੀ ਹੈ ਬਈ ਜਿਹੜਾ ਧੂੰਆਂ ਕੀਤਾ ਕਿਉਂਕਿ ਖਿਡਾਰੀਆਂ ਜ਼ੋਰ ਲੱਗਿਆ ਜਦੋਂ ਸਾਹ ਖੇਂਦੇ ਅੰਦਰ ਧੂੰਆਂ ਅੰਦਰ ਜਾਂਦਾ ਇਹ ਬੰਦ ਕਰ ਦਿਓ ਕਿਰਪਾ ਕਰਕੇ ਬੇਨਤੀ ਹੈ ਮੇਰੀ ਉਧਰ ਕਾਸ਼ ਢਿੱਲੋਂ ਸਾਡਾ ਵੀਰ ਕਹਿੰਦਾ ਵੀ ਲੱਭੇ ਦਾ ਸਨਮਾਨ ਆਪਾਂ ਕੱਪ ਦੇ ਨਾਲ ਕਰਨਾ ਹੈ ਢਿੱਲੋਂ ਮੈਚ ਜਿੱਤਣ ਤੇ ਸਨਮਾਨ ਇਹ ਮੈਚ ਜਿੱਤਣ ਤੇ ਉਹ ਬਾਹ ਸੁਖਿਆ ਚਕਰਧਰ ਨੂੰ ਕਹਿੰਦੇ ਵੀ ਚੰਦਵਾਜੇ ਵਾਲੇ ਕਿੰਦੇ ਦੇ ਵਾਲ ਮਾਰੀ ਹੈ ਲੱਗੇ ਨਾ ਨਿਸ਼ਾਨਾ ਸਾਹ ਰੋਕੇ ਤੋਂ ਬਿਨਾਂ ਚੋਰ ਚੋਰੀ ਕਰਦਾ ਨੀ ਮੌਕੇ ਤੋਂ ਬਿਨਾਂ ਔਰਤ ਨਾ ਸੋਹਣੀ ਲੱਗੇ ਕਦੇ ਕੋਕੇ ਤੋਂ ਬਿਨਾਂ ਉਹ ਵਿਕੇ ਨਾ ਸਮਾਨ ਕਦੇ ਹੋਕੇ ਤੋਂ ਬਿਨਾਂ ਉਹ ਵਿਕੇ ਨਾ ਸਮਾਨ ਕਦੇ ਹੋਕੇ ਤੋਂ ਬਿਨਾਂ ਉਧਰ ਜੇਕਰ ਸੁੱਖੂ ਲੰਬੇ ਤੋਂ ਨੰਬਰ ਲੈਂਦਾ 200 ਦਾ ਜੇਕਰ ਕਿੰਦਾ ਚੰਦਵਾਜੇ ਵਾਲਾ ਸ਼ਾਲੂ ਤੋਂ ਨੰਬਰ ਲੈਂਦਾ 200 ਦਾ ਲੰਬੇ ਦੀਆਂ ਪੰਜ ਬਾਲਾਂ ਦਾ 500 ਦਿੱਤਾ ਜਾਣਾ ਰਾਜ ਮਠਾੜੂ ਭਰਾ ਸਾਡਾ ਕੋਟਕਪੂਰੇ ਵਾਲਾ ਦੇਖੋ ਕਿੱਡਾ ਵੱਡਾ ਮਾਣ ਹੈ ਇਹ ਗੱਲ 100-200 ਜਾਂ 500 ਦੀ ਨੀਗੀ ਇਹ ਰਾਜ ਇੱਦਾਂ ਦਾ ਵੀਰ ਹੈ ਸਾਡਾ ਹਰ ਇੱਕ ਮੇਲਾ ਲਾਈ ਵੇਦਾ 200-500 1000-1500 ਇਹ ਖਿਡਾਰੀਆਂ ਦੇ ਹਰ ਇੱਕ ਦੇ ਮਾਣ ਕਰਦਾ ਫਿਰ ਪੈਸੇ ਭੇਜ ਦਿੰਦਾ ਅੱਜ ਆਪ ਆਇਆ ਹੋਇਆ ਵੀਰ ਸਾਡਾ ਕਿੱਡੇ ਵੱਡੇ ਮਾਣ ਵਾਲੀ ਗੱਲ ਹੈ ਵੀ ਰਿੰਗੂ ਇਹਨੇ ਕੀ ਲੈਣਾ ਬਾਲੀਵਾਲ ਨੂੰ ਇੱਕ ਗੱਲ ਹੈ ਵੀ ਪਿਆਰ ਹੈ ਮੁੰਡਾ ਪੈਸੇ ਲਾਉਣਾ ਮੁੰਡਿਆਂ ਦੇ ਇੱਕ ਸ਼ੌਕ ਹੈ ਬਹੁਤ ਵੱਡਾ ਧੰਨਵਾਦ ਹੈ ਰਾਜ ਸਾਡੇ ਵੀਰ ਦਾ ਔਰ ਮੁੰਡਾ ਕੋਟਕਪੂਰੇ ਵਾਲਾ ਆ ਚੰਦ ਬਾਜੇ ਦੀ ਧਰਤੀ ਦਾ ਰਸ਼ੀਅਨ ਟੈਂਕਾ ਵਾਲੀਵਾਲ ਦਾ ਚਾਰ ਚਫੇਰਿਓ ਇੱਕੋ ਜਿਹਾ ਮੁੰਡਾ ਜਿਵੇਂ ਮਾਝੇ ਵਾਲੇ ਜੱਟਾਂ ਨੇ ਤੂੜੀ ਸਾਂਭੀ ਹੁੰਦੀ ਆ ਤੇ ਕਿੰਦੇ ਨੇ ਨੰਬਰਦਾਰਾ ਸਰੀਰ ਸਾਂਭਿਆ ਔਰ ਕਿਵੇਂ ਦੂਰ ਪਿੰਡ ਵਾਲੇ ਯਾਰ ਹੈ ਸਾਡੇ ਔਰ ਵੱਡਾ ਕਿਵੇਂ ਮਾਣ ਸਿਵੀ ਵਾਲੇ ਮੁੰਡੇ ਵੀ ਆਏ ਬੈਠੇ ਆ ਸੰਧੂ ਵਰਗੇ ਵੀਰ ਸਾਡੇ ਅਮਰੀਕ ਮਾਣ ਘਰਦਾ ਡਾਕਟਰ ਸਾਹਿਬ ਬੈਠੇ ਆ ਕੱਲਾ ਕੱਲਾ ਖਿਡਾਰੀ ਅੱਜ ਮੇਰੇ ਮਿੱਤਰੋ ਲੰਮੀਆਂ ਬਾਤਾਂ ਤੈਅ ਕਰਕੇ ਆਇਆ ਔਰ ਜੇ ਸ਼ਾਲੂ ਸਿਰ ਨਾਲ ਬਾਲ ਮੋੜਦਾ ਤੇ 200 ਦਿੱਤਾ ਜਾਵੇਗਾ ਜੇਕਰ ਸ਼ਾਲੂ ਸਿਰ ਨਾਲ ਬਾਲ ਮੋੜੇ ਰਾਜ ਕਹਿੰਦਾ ਆਪਾਂ ਤਾਂ ਵੀ 200 ਦੇ ਮਾਣ ਕਰਨੇ ਆ ਜੇ ਕਿੰਦਾ ਸ਼ਾਲੂ ਤੋਂ ਨੰਬਰ ਲੈ ਗਿਆ ਤਾਂ ਵੀ 200 ਦਿੱਤਾ ਜਾਣਾ ਹੈ ਸੁੱਖਾ ਲੱਭੇ ਦੇ ਬਾਲ ਮਾਰੇ ਤਾਂ ਵੀ 200 ਦਿੱਤਾ ਜਾਣਾ ਹੈ ਲੱਭੇ ਦੀਆਂ ਪੰਜ ਬਾਲਾਂ ਦਾ ਬੂਟਿਆ 500 ਦਿੱਤਾ ਜਾਣਾ ਹੈ ਔਰ ਮੁੰਡਾ ਤਿਆਰ ਹੈ ਉਹ ਸਾਹਮਣੇ ਭੰਡਿਆਰੀ ਵਾਲਾ ਤਿਆਰ ਵਰ ਤਿਆਰ ਹੈ ਖੇਡ ਮੈਦਾਨ ਦੇ ਵਿੱਚ ਚੰਦਵਾਜੇ ਵਾਲਿਆ ਢਿੱਲੀਆਂ ਬਾਲਾਂ ਦੇ ਨਾਲ ਲੋਟ ਨਹੀਂ ਆਉਣਾ ਇੱਥੇ ਕੁੱਟ ਕਟਾਪਾ ਕਰਨਾ ਪੈਣਾ ਪਰ ਫਤਿਹਗੜ੍ਹ ਵਾਲਾ ਬਬਲੂ ਫੇਰ ਨੰਬਰ ਜੋੜ ਗਿਆ ਹੈ ਉਹ ਚੇਨ ਦੀ ਇਹ ਕੰਧੇ ਫਿੱਟ ਹੋਣਾ ਪੈਣਾ ਇਹਨੂੰ ਚੇਨ ਦੀ ਕੰਧ ਕਹਿੰਦੀ ਆ ਦੁਨੀਆ ਚੱਕਾਂ ਦੇ ਰੂਪ ਤੋਂ ਬਾਅਦ ਜੇ ਕੋਈ ਖਿਡਾਰੀ ਆਇਆ ਬਾਲੀਵਾਲ ਦੇ ਰੂਪ ਨਾਮ ਦਾ ਇਹ ਹੈ
ਰੋਜਪੁਰੀਆ ਰੂਪ ਖੇਡ ਮੈਦਾਨ ਦੇ ਵਿੱਚ ਜਿੱਥੋਂ ਦੇ ਬਿੰਦੀ ਦੀ ਗੱਲ ਤੀਰਥ ਦਾ ਨਾਮ ਸਰਮੇ ਵਰਗੇ ਗੋਲਡੀ ਵਰਗੇ ਕਿਰਤ ਵਰਗੇ ਖਿਡਾਰੀ ਉਹ ਸਾਹਮਣੇ ਸੈਨੀ ਡਾਕਟਰ ਵਰਗੇ ਖਿਡਾਰੀ ਪੈਦਾ ਕੀਤੇ ਹੈ ਉਸੇ ਪਿੰਡ ਦੀ ਟੀਮ ਖੇਡ ਮੈਦਾਨ ਦੇ ਵਿੱਚ ਪਰ ਫਤਿਹਗੜ੍ਹ ਵਾਲਾ ਕਹਿੰਦੇ ਗਲਤੀ ਕਰ ਬੈਠਾ ਹੈ ਬਾਲ ਆਊਟ ਤੇ ਸਫਲਤਾ ਭਰੋਸਾ ਬੀ ਦੇ ਖਾਤੇ ਉਧਰ ਵਾਸੀਆਂ ਵਾਲਾ ਜੱਸੀ ਕਹਿੰਦਾ ਵੀ ਸੁਖੂ ਦੀਆਂ ਪੰਜ ਬਾਲਾਂ 500 ਦੀਆਂ ਆਉਣਗੀਆਂ ਵਾਸੀਆਂ ਦੇ ਜੱਸੀ ਦਾ ਸਨਮਾਨ ਵੀ ਕਹਿੰਦੇ ਜਦੋਂ ਬਹੌਰ ਦੇ ਵਿੱਚ ਮੇਲਾ ਹੋਇਆ ਤੇ ਸਾਡੇ ਵੀਰ ਕਹਿੰਦੇ LED ਦੇ ਨਾਲ ਆਪਾਂ ਕਰਾਂਗੇ ਬਹੌਰ ਵਾਲੇ ਯਾਰ ਕਹਿੰਦੇ ਵਾਸੀਆਂ ਵਾਲੇ ਜੱਸੀ ਦੇ ਮਾਣ ਕਰਦੇ ਹੈ ਯਾਰ ਇਹ ਵਾਸੀਆਂ ਵਾਲੇ ਜੱਸੀ ਦੇ ਨਾਲ ਮਾਣ LED ਦੇ ਨਾਲ ਹੋਣੇ ਹੈ ਪਰ ਅੱਜ ਕਿਹਦੇ ਮਾਣ ਸਨਮਾਨ ਹੁੰਦੇ ਹੈ ਉਹ ਕਿਹੜੀਆਂ ਟੀਮਾਂ ਜਿੱਤ ਕੇ ਜਾਂਦੀਆਂ ਉਧਰ ਕਟਿਆਲੀ ਦਾ ਗੋਪਾ ਸਟੈਂਡ ਦੇ ਵਿੱਚ ਬੈਠਾ ਹੈ ਗਾਂ ਸੁੱਖ ਅੱਗੇ ਨੀ ਜਿਹੜੀ ਜਿੱਤ ਗਈ ਹੁਣ ਅੱਗੇ ਵੀ ਖੜਕਾ ਦੜਕਾ ਹੈ ਲੱਭਿਆ ਕੱਲ ਡੱਲੇ ਦੇ ਵਿੱਚ ਦੁਨੀਆਂ ਨੱਚਣ ਲਈ ਹੈ ਤੇ ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਮੁੰਡਾ ਡੱਲੇ ਦੇ ਖੇਡ ਮੇਲੇ ਦਾ ਬੈਸਟ ਕਿੱਦਾਂ ਰਿਹਾ ਇਹ ਦੁਨੀਆਂ ਨੂੰ ਦੱਸਣਾ ਪੈਣਾ ਹੈ ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਹੈ ਉਹ ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਹਾਂ ਜਿਹੜੀ ਝੋਗਰੀ ਕਦੇ ਨੀ ਉਹ ਧੌਣ ਹੁੰਦੇ ਹੈ ਆਓ ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਹਾਂ ਆਪ ਮੁੰਡਿਆਂ ਨੇ ਕਹਿੰਦੇ ਮਿਹਨਤਾਂ ਕੀਤੀਆਂ ਨੇ ਇਹਨਾਂ ਨੂੰ ਆਪ ਬੋਲਣ ਦੀ ਲੋੜ ਨਹੀਂ ਇਹਨਾਂ ਦੇ ਰਿਕਾਰਡ ਬੋਲਦੇ ਆ ਵੀ ਜਿੱਥੋਂ ਤੱਕ ਜਾਂਦੇ ਲੋਕੀ ਤੌਬਾ ਕਰ ਜਾਂਦੇ ਆਪਾਂ ਉੱਥੋਂ ਸ਼ੁਰੂਆਤ ਕਰੀ ਦੀ ਕਰ ਦਿੱਤੇ ਨੇਰੇ ਆਪਾਂ ਚਿੱਟਿਆਂ ਦਿਨਾਂ ਚ ਚਿੱਟੀ ਕਾਲੀ ਬੋਲੀ ਰਾਤ ਕਰੀ ਦੀ ਕੰਮ ਤਾਂ ਤੋਂ ਤਾਂ ਨੇ ਕੱਢੇ ਕਦੇ ਪੈਰ ਨਹੀਂ ਉਹ ਛੱਡੇ ਤੇ ਪੂਰੇ ਕਾਗਜ਼ੀ ਹਾਲਾਤ ਬੋਲਦੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਪੱਲਿਆਂ ਰਿਕਾਰਡ ਬੋਲਦੇ ਆ ਮੁੰਡੇ ਦੇ ਰਿਕਾਰਡ ਬੋਲਦੇ ਆ ਇਹ ਆ ਥੰਮਣ ਵਾਲੇ ਪਿੰਡ ਦਾ ਉਹ ਥੰਮਣ ਵਾਲੀ ਆ ਸੁੱਖੂ ਢਿੱਲੋ ਚੱਕਰਧਰ ਨੂੰ ਕਹਿੰਦੇ ਵੀ ਦੂਜੀ ਮਾਰੀ ਕਹਿੰਦੇ ਦੇ ਉਹ ਦੂਜੀ ਲਾਤੀ ਹੈ ਕਹਿੰਦੇ ਦੇ ਮੈਂ ਪੁੱਤ ਜੱਟ ਦਾ ਅਰਜਨ ਵਰਗਾ ਨੀ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਯਾਰ ਜੇਕਰ ਸੁੱਖਾ ਲੱਭੇ ਤੋਂ ਨੰਬਰ ਲੈਂਦਾ ਤੇ 200 ਦਿੱਤਾ ਜਾਣਾ ਇੱਕ ਨੰਬਰ ਦਾ ਰਾਜ ਭਰਾ ਸਾਡਾ ਕਹਿੰਦਾ ਵੀ ਬਾਲ ਲੱਭੇ ਨੇ ਸੁੱਖਾ ਲਾ ਗਿਆ ਆਪਾਂ ਨਾਲ ਦੀ ਨਾਲ ਮਾਣ ਕਰਦੇ ਰਹੇ ਹਾਂ ਬਰਾਮੇ ਸਰਪੰਚ ਦਾ ਬੇਟਾ ਦਵਿੰਦਰ ਬਰਾਰ ਦਾ ਚਹੇਤਾ ਖਿਡਾਰੀ ਅਗਲੀ ਸਰਵਿਸ ਕਰ ਗਿਆ ਆ ਮੁੰਡਾ ਲੱਭਾ ਫੇਰੂ ਸ਼ਹਿਰ ਵਾਲਾ ਕਹਿੰਦੇ ਕਮਾਲ ਕਰ ਗਿਆ ਖੇਡ ਦੇ ਮੈਦਾਨ ਵਿੱਚ ਜੇਕਰ ਲੱਭਾ ਸੁੱਖੂ ਦੇ ਬਾਲ ਲਾਉਂਦਾ ਤਾਂ ਵੀ 200 ਦਿੱਤਾ ਜਾਣਾ ਪੰਜਾਂ ਦੇ ਕਹਿੰਦੇ 500 ਆ ਖੇਡ ਦੇ ਮੈਦਾਨ ਵਿੱਚ ਗੱਲਾਂ ਲੱਗਣਗੀਆਂ ਟਿਕਾਣੇ ਵੀ ਕਮਲ ਤੇ ਵਿੱਕੀ ਅੜ ਜਾਂਦੇ ਗੱਲ ਕਿੰਨੇ ਦੀ ਆ ਹੋਰ ਕੋਰੇ ਜਦ ਖੇਡ ਦਾ ਸ਼ਾਲੂ ਬਨਿਹਾਰੀ ਦਾ ਦਰਸ਼ਕ ਨਹੀਂ ਕਰਦਾ ਹੋਰ ਕੋਰੇ ਜਦ ਬਾਲ ਡਿੱਗ ਤੇ ਬਣ ਜਾਂਦੀ ਲੋਕੀ ਡਰਦੇ ਨੰਬਰਦਾਰ ਕੋਲੋਂ ਜਿਹਦੇ ਕਵੇ ਵੀ ਬਾਲ ਲਵਾ ਦੇਵਾਂਗੇ ਬਬਲੂ ਤੇ ਲੱਭੇ ਯਾਰ ਕੋਲੋਂ ਜਿਹਦੇ ਕਵੇ ਵੀ ਬਾਲ ਲਵਾ ਦੇਵਾਂਗੇ ਬਬਲੂ ਤੇ ਲੱਭੇ ਯਾਰ ਕੋਲੋਂ ਆ ਫਤਿਹਗੜ ਵਾਲਾ ਵੀ ਆਪਣੇ ਮਨ ਦੀ ਮਰਜ਼ੀ ਕਰਦਾ ਤੇ ਫੇਰੂ ਸ਼ਹਿਰ ਵਾਲਾ ਵੀ ਪੁੱਡਾ ਕਹਿੰਦੇ ਚੜਦਾ ਸੂਰਜ ਆ ਖੇਡ ਵਾਲੀਬਾਲ ਦਾ ਵੱਡਾ ਸਟਾਰਾ ਬਣ ਗਿਆ ਚਰਚਾ ਦੋਵਾਂ ਦੀ ਪੂਰੀ ਹੈ ਥੰਮਣ ਵਾਲੀ ਆ ਮੁੰਡਾ ਪੀਕਦੇ ਆ ਚੰਦ ਬਾਜੇ ਵਾਲਾ ਆਓ ਮੁੰਡਾ ਭਾਰੀ ਸਰੀਰ ਦਾ ਚੋਟੀ ਦੀਆਂ ਟੀਮਾਂ ਦਾ ਇੱਕ ਵੱਡਾ ਸਰਮਾਇਆ ਆ ਮੁੰਡਾ ਗੇਜੀ ਗ੍ਰਾਹੀ ਕਰਦਾ ਬੰਟੂ ਕਾਹਲ ਦੇ ਮੇਲੇ ਦਾ ਬੈਸਟ ਹੈ ਜਿਹੜਾ ਲੰਬੇ ਦੇ ਮਗਰ ਖੜਾ ਤੇ ਰੂਪੇ ਨੂੰ ਆ ਮੁੰਡੇ ਨੂੰ ਦੁਨੀਆਂ ਚੀਨ ਵਾਲੀ ਕੰਧ ਕਹਿੰਦੀ ਆ ਸੁੱਖੇ ਦਾ ਬੋਲ ਵਾਲਾ ਤੇ ਰੂਪੇ ਨਾਲ ਟੱਕਰ ਕਹਿੰਦੇ ਦੇਖਣ ਵਾਲੀ ਆ ਲੈ ਵੀ ਸੁੱਖਿਆ ਦੇਖ ਚੀਨ ਵਾਲੀ ਕੰਧ ਕਿੱਥੇ ਆ ਆ ਹੈ ਲਵਦੀਪ ਸਿੰਘ ਲੱਭਾ ਫੇਰੂ ਸ਼ਹਿਰ ਦੀ ਧਰਤੀ ਦਾ ਸਿਰੇ ਵਾਲੀਏ ਮੁੰਡੇ ਬੈਠੇ ਆ ਆ ਕਦੇ ਨਰਸੀ ਵਰਗੇ ਬਾਣ ਕਰਦੇ ਆ ਗੱਭਰੂ ਜੀ ਖੇਡ ਉੱਪਰ ਔਰ ਨੰਬਰ ਦੱਸੋ ਜੀ ਤਿੰਨ ਦੇ ਸੱਤ ਨੰਬਰ ਚਾਰ ਨੰਬਰਾਂ ਦੀ ਲੀਡ ਫਲੇਵੀ ਭਣਿਆਰੀ ਵਾਲੇ ਮੁੰਡੇ ਦੀ ਬਣੀ ਹੋਈ ਹੈ ਤੇ ਧੁੰਦ ਵੀ ਢਿੱਲੋ ਹੱਦੋਂ ਵੱਧ ਆ ਗਈ ਹੈ ਇਹ ਜੀ ਧੁੱਧ ਤੇ ਜਦੋਂ ਦੇੜ ਕੇ ਮੇਲਾ ਹੁੰਦਾ ਹੈ ਉਦੋਂ ਹੁੰਦੀ ਹੈ ਅੱਜ ਉਹ ਦਿਨ ਯਾਦ ਕਰਾਤੇ ਹੈ ਉਹ ਖੇਡ ਮੈਦਾਨ ਦੇ ਵਿੱਚ ਚੰਦ ਬਾਜੇ ਵਾਲਿਆ ਸੁੱਖੂ ਨੇ ਤੇਰੇ 2 ਮਾਰੀਆਂ ਪਰ ਹਲੇ ਤੇਥੋਂ 1 ਨਹੀਂ ਲੱਗੀ ਉਹ ਬਦਲਾ ਲੈਣਾ ਪੈਣਾ ਬਦਲਾ ਲੈ ਲਈ ਜਾਉਣਿਆ ਜੇ ਮਾਂ ਦਾ ਜਾਇਆ ਉਹ ਕਾਲੇ ਪਾਣੀਓ ਮੌੜ ਨੂੰ ਖਾਤਾ ਤੇ ਕਿੰਨੇ ਨੇ ਖੱਤ ਪੜਿਆ ਔਰ ਕਿਵੇਂ ਟਿਕਾਣੇ ਲਾ ਦੀ ਗੱਲ ਮੁੰਡੇ ਨੇ ਵੀ ਸਾਹਿਬਾ ਜੱਟੀ ਲਿਖ ਚਿੱਠੀਆਂ ਵੱਲ ਮਿਰਜੇ ਦੇ ਪਾਈਆਂ ਮਿਰਜੇ ਨੇ ਪੜ ਚਿੱਠੀਆਂ
ਚੁੱਪ ਕੇ ਕਾਲਜੇ ਲਾਈਆਂ ਔਰ ਸਾਹਮਣੇ ਚੰਦਬਾਜ ਵਾਲਾ ਮੁੰਡਾ ਇਹਨੇ ਬੱਲੇ ਬੱਲੇ ਕਰਵਾ ਗਿਆ ਖੇਡ ਦੇ ਬਰਾਂਡ ਵਿੱਚ ਨੰਬਰ ਤਿੰਨ ਤੋਂ ਜਿਹੜੇ ਉਹ ਚਾਰ ਹੋ ਗਏ ਆ ਚਾਰ ਤੇ ਸੱਤ ਦੀ ਟੱਕਰ ਆ ਖੇਡ ਦੇ ਬਰਾਂਡ ਵਿੱਚ ਪੰਜਵਾਂ ਨੰਬਰ ਕਿਹਨੇ ਲੈਣਾ ਇਹ ਤੇ ਹੋਲੇ ਪਤਾ ਲੱਗ ਜਾਣਾ ਸੁੱਖਿਆ ਕਿੰਨੇ ਦੀ ਆਖੁਰ ਤੇਰੇ ਤੇ ਆ ਤੂੰ ਬਚ ਕੇ ਰਹੀ ਆ ਪੁੱਠਾ ਪੰਗਾ ਲੈ ਲਿਆ ਜੱਡੀਏ ਦੇਵਿੰਦਰ ਬਰਾੜ ਕਲੱਬ ਦੇ ਧੁੰਦ ਆ ਗਈ ਹੈ ਸਾਨੂੰ ਡਰਾਉਂਦੀ ਹੈ ਧੁੰਦ ਵੀ ਹੁਣ ਉਹ ਖੇਡ ਮੈਦਾਨ ਦੇ ਵਿੱਚ ਮੈਂ ਤੇ ਪਹਿਲਾਂ ਆਖਿਆ ਸੀ ਉਧਰ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸਾਡੇ ASI ਸਰਦਾਰ ਹਰਵਿੰਦਰ ਸਿੰਘ ਜੀ ਫੇਰੂ ਸ਼ਹਿਰ ਵਾਲੇ ਬੰਟੂ ਦੇ ਪਾਪਾ ਜੀ ਉਹ ਕਹਿੰਦੇ ਜੇ ਮੁੰਡੇ ਮੈਚ ਆ ਜਿੱਤਣ ਪ੍ਰਧਾਨ ਜੀ ਇੱਕ ਪੱਖਾ ਮੰਗਾ ਲਓ ਸਾਨੂੰ ਕਹਿੰਦਾ ਧੁੰਦ ਪਰੇ ਨੂੰ ਜਾਵੜੂ ਫੇਰ ਹੱਲ ਕਰਨਾ ਪੈਣਾ ਹੈ ਔਰ ਉਧਰ ਸਾਡੇ ਹਰਵਿੰਦਰ ਸਿੰਘ ਜੀ ASI ਸਾਹਿਬ ਉਹ ਕਹਿੰਦੇ ਜੇ ਫਿਰੋਜ਼ਸ਼ਾਹ ਵਾਲੇ ਮੁੰਡੇ ਆ ਮੈਚ ਜਿੱਤਣ ਤੇ 5 ਕਿਲੋ ਡਰਾਈ ਫਰੂਟ ਦਿੱਤੇ ਜਾਣਗੇ 5 ਕਿਲੋ ਤੋਲ ਕੇ ਡਰਾਈ ਫਰੂਟ ਦਿੱਤੇ ਜਾਣਗੇ ਜੇ ਫਿਰੋਜ਼ਸ਼ਾਹ ਵਾਲੇ ਮੁੰਡੇ ਮੈਚ ਜਿੱਤਣ ਪਰ ਸਾਈਡਾਂ ਜਿਹੜੀਆਂ ਉਹ ਚੇਂਜ ਹੋ ਗਈਆਂ ਨੇ ਔਰ ਨੰਬਰ ਇੱਕ ਹੋਰ ਜਿਹੜਾ ਉਹ ਭਨਿਆਰੀ ਦੇ ਖਾਤੇ ਜੁੜ ਗਿਆ ਔਰ ਸਾਈਡਾਂ ਜਿਹੜੀਆਂ ਚੇਂਜ ਆ ਵੀਰ ਜੀ ਬੇਨਤੀ ਆ ਜਿਹੜੇ ਜਿਹੜੇ ਵੀਰ ਜਾ ਰਹੇ ਆ ਉਹਨਾਂ ਨੂੰ ਗੁਜ਼ਾਰਿਸ਼ ਆ ਸਾਡੀ ਧਿਆਨ ਨਾਲ ਥੋੜ੍ਹਾ ਜਿਹਾ ਧੁੰਦ ਬਹੁਤ ਆ ਜਿਹੜੇ ਵੀਰ ਜਾ ਰਹੇ ਨੇ ਹੁਣ ਘਰਾਂ ਨੂੰ ਆਪੋ ਆਪਣੇ ਵਹੀਕਲਾਂ ਦੇ ਧਿਆਨ ਨਾਲ ਥੋੜਾ ਸਾਵਧਾਨੀ ਨਾਲ ਜਾਣਾ ਸਹੀ ਗੱਲ ਹੈ ਜ਼ਿੰਦਗੀ ਤੋਂ ਕੋਈ ਵੱਡੀ ਚੀਜ਼ ਨਹੀਂ ਇਹ ਜ਼ਿੰਦਗੀ ਬਾਰ ਬਾਰ ਨਹੀਂ ਮਿਲਦੀ ਮੌਕੇ ਬਾਰ ਬਾਰ ਨਹੀਂ ਮਿਲਦੇ ਬੇਨਤੀ ਹੈ ਇੱਥੇ ਰੁਕ ਜਾਓ ਵੀਰ ਬਣ ਕੇ ਕੋਈ ਅਣਗਹਿਲੀ ਨਾ ਕਰਿਓ ਕਿਉਂਕਿ ਧੁੰਦ ਬਹੁਤ ਜ਼ਿਆਦਾ ਆ ਗਈ ਹੈ ਦੀ ਦਾ ਕੁਝ ਨਹੀਂ ਇਸ ਵੇਲੇ ਪਸ਼ੂ ਵੀ ਭੁੱਖੇ ਹੁੰਦੇ ਆ ਜਿਹੜੇ 12 ਪਸ਼ੂ ਵੀ ਖੇਤਾਂ 'ਚ ਜਾਂਦੇ ਆ ਤੇ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਕੋਈ ਪਸ਼ੂ ਦੇ ਵਿੱਚ ਹੀ ਆਪਣਾ ਵਹੀਕਲ ਵੱਜੇ ਬੇਨਤੀ ਹੈ ਸਾਰੇ ਵੀਰਾਂ ਨੇ ਜ਼ਿੰਦਗੀ ਬੜੀ ਕੀਮਤੀ ਹੈ ਤੇ ਜਾਣਾ ਹੌਲੀ ਜਾਣਾ ਨਹੀਂ ਤੇ ਕਿਰਪਾ ਕਰਕੇ ਇੱਥੇ ਰੁਕ ਜਾਓ ਬੇਨਤੀ ਹੈ ਮੇਰੀ ਤੇਰਾ ਰੁੱਸੇ ਨਾ ਕਣਕੀਆਂ ਵਾਲਾ ਯੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਣਕੀਆਂ ਵਾਲਾ ਸਹੀ ਗੱਲ ਹੈ ਬਾਈ ਦੀ ਜੇ ਉਹਦੇ ਦਿਆ ਤੇ ਸਾਰਾ ਕੁਛ ਹੈ ਬਹੁਤ ਵਧੀਆ ਮੈਚ ਚੰਦਬਾਜੇ ਵਾਲਿਆ ਉਹ ਫਰਕ ਤੇ ਵੱਡਾ ਪੈ ਗਿਆ ਧੁੰਦ ਵੀ ਆਉਂਦੀ ਹੈ ਤੇ ਲੈ ਵਾਲਿਆਂ ਨੂੰ ਵੀ ਢਿੱਲੋ ਦੇਣ ਨੂੰ ਹਟ ਗਿਆ ਹੋਣਾ ਉਹ ਸਵਾਦ ਥੋੜਾ ਕਿਰਕਰਾ ਜ਼ਰੂਰ ਹੋ ਗਿਆ ਪਰ ਮੁਕਾਬਲਾ ਬਹੁਤ ਵਧੀਆ ਲੱਭਾ ਹਲੇ ਵੀ ਐਨ ਜੰਗ ਜਾਰੀ ਹੈ ਇੱਧਰ ਰਿੰਕੂ ਕਹਿੰਦਾ ਵਧਾਈਆਂ ਵਾਲਾ ਵੀ ਲੰਬੇ ਨੇ ਬਾਲ ਲਾ ਦੀ ਸ਼ਾਲੂ ਦੇ ਔਰ ਮੁੰਡਾ ਕੋੜੀ ਕੋੜੇ ਵਾਲਾ 200 ਦੇ ਮਾਨ ਕਰ ਗਿਆ ਕਹਿੰਦਾ ਹੁਣ ਅਗਲੀ ਵਾਰ ਜਿਹੜੀ ਉਹ 500 ਦੀ ਹੈ ਉੱਧਰ ਮੈਂਡੀ ਸ਼ਰਮਾ ਕਹਿੰਦਾ ਵੀ ਲੱਭਾ ਕੇ ਸੁੱਖੂ ਦੇ ਵਾਲ ਲਾ ਦੇ ਤੇ ਚੇ ਢਿੱਲੋ ਸੁੱਖੂ ਲੱਭੇ ਦੇ ਵਾਲ ਲਾ ਦੇ 500 ਹੈ ਬਰਿਆਮ ਖੇੜੇ ਵਾਲਾ ਮੈਂਡੀ ਸ਼ਰਮਾ ਛੋਟੀ ਉਮਰ ਦਾ ਵੱਡਾ ਪ੍ਰਮੋਟਰ ਬਣ ਗਿਆ ਹੈ ਕੱਚੀ ਦਾ ਮੇਲਾ ਹੈ ਚੇ ਮੀਡੀਅਮ ਦਾ ਮੇਲਾ ਹੈ ਵੱਡੇ ਮਾਨ ਖਿਡਾਰੀਆਂ ਦੇ ਕਰਦਾ ਹੈ ਚੇ ਸੁੱਖੂ ਲੱਭੇ ਦੇ ਵਾਲ ਲਾਉਂਦਾ ਚੇ ਲੱਭਾ ਸੁੱਖੂ ਦੇ ਲਾਉਂਦਾ ਹੈ ਸੁੱਖੂ ਲੱਭੇ ਦੇ ਵਾਲ ਲਾਉਂਦਾ ਤੇ ਚੱਕਰਧਰ ਕਹਿੰਦਾ ਵੀ 1100 ਹੋਣਾ ਹਾਂਜੀ ਸਾਹਿਬਾਨ ਜੀ ਔਰ ਉੱਧਰ ਜੇਕਰ ਲੱਭਾ ਸ਼ਾਲੂ ਦੇ ਵਾਲ ਲਾਉਂਦਾ ਜੀ ਤਾਂ ਵੀ 500 ਹੈ 200 ਪਹਿਲਾਂ ਸਾਡੇ ਕੋਲ ਆ ਗਿਆ ਜੇਕਰ ਲੱਭਾ ਸ਼ਾਲੂ ਦੇ ਫਿਰ ਵਾਲ ਲਾਵੇ ਤੇ ਮਾਣ ਸਨਮਾਨ ਜਿਹੜੇ ਉਹ 500 ਦੇ ਕੀਤੇ ਜਾਣਗੇ ਗੱਲਾਂ ਲੱਗਣਗੀਆਂ ਟਿਕਾਣੇ ਵੱਡੇ ਮਾਣ ਤੇ ਵੱਡੇ ਪਿਆਰ ਜਿਹੜੇ ਉਹ ਦਿੱਤੇ ਜਾ ਰਹੇ ਹੈ ਐਨ ਖੇਡ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਮੈਚ ਬੜਾ ਤਗੜਾ ਉੱਧਰ ਮੈਂਡੀ ਸ਼ਰਮਾ ਜੀ ਵੀ ਸਾਡੇ ਲਾਈਵ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ
ਵੱਡੇ ਮਾਣ ਕਰਦੇ ਨਾ ਮੁੰਡਿਆਂ ਉੱਪਰ ਚੰਨੀ ਖੇੜੇ ਬਾਈ ਆ ਸਾਡੇ ਵੱਡੇ ਵੀਰ ਜਗਪਾਲ ਬਾਈ ਹੋਣੀ ਵੱਡਿਆਂ ਭਰਾਵਾਂ ਦੇ ਸਾਨੂੰ ਮਾਣਾ ਮੁਹੀ ਮਾਣ ਹੈ ਸਾਫੂ ਵਾਲੀ ਆ ਜੱਟ ਬੈਠਾ ਕੈਨੇਡਾ ਦੇ ਵਿੱਚ ਔਰ ਕਹਿੰਦੇ ਚੱਕਰ ਕੋਈ ਨੀ ਵੱਡੀਆਂ ਕਹਿੰਦੇ ਗੱਲਾਂ ਬਾਤਾਂ ਨੇ ਔਰ ਚਾਤਰ ਧਰ ਕਹਿੰਦੇ ਯੂ ਐਸ ਏ ਚਲਾ ਗਿਆ ਇਹਨਾਂ ਗਰਾਊਂਡਾਂ ਚ ਖੇਡਦਾ ਖੇਡਦਾ ਭਰਾ ਸਾਡਾ ਔਰ ਚਾਤਰ ਧਰ ਜੀ ਵੀ ਸਾਡੇ ਇਹਨਾਂ ਮੈਚਾਂ ਨੂੰ ਤੱਕ ਰਿਹਾ ਵੱਡਾ ਬੋਲਬਾਲਾ ਮੁੰਡਿਆਂ ਦਾ ਸੁੱਖੀ ਦੀ ਖੇਡਦੇ ਵੱਡੇ ਮਾਣ ਕਰਦਾ ਲਾਲ ਸਾਹਮਣੇ ਖੇਡਦੇ ਮੈਦਾਨ ਵਿੱਚ ਨੰਬਰਦਾਰਾਂ ਦਾ ਮੁੰਡਾ ਬਾਲ ਰੂਪੇ ਦੇ ਲਾਉਣੀ ਚਾਹੁੰਦਾ ਪਰ ਕੰਪਿਊਟਰ ਤੇ ਸੁੱਖਾ ਆਹ ਮੁੰਡਾ ਬੰਟੂ ਹੈ ਇਹਦੇ ਪਾਪਾ ਜੀ ਲਾਈ ਵੇਹਦੇ ਆ ਇਹ ਐਸ ਆਈ ਹਰਵਿੰਦਰ ਸਿੰਘ ਜੀ ਉਹ ਕਹਿੰਦੇ ਜੇ ਫੇਰੂ ਸ਼ਹਿਰੀਏ ਮੁੰਡੇ ਆਹ ਮੈਚ ਜਿੱਤਦੇ ਆ ਤੇ 5 ਕਿਲੋ ਡਰਾਈ ਫਰੂਟ ਦਿੱਤੇ ਜਾਣਗੇ ਪਰ ਚੰਦਬਾਜੀ ਵਾਲਾ ਡਰਾਈ ਫਰੂਟਾਂ ਦੇ ਹੱਥ ਚ ਨਹੀਂ ਲੱਗਦਾ ਮੈਨੂੰ ਬਾਲ ਫਾਉਲ ਹੈ ਤੇ ਬੂਟਾ ਜੀ ਕਰੋ ਗੱਲ ਔਰ ਸਾਹਮਣੇ ਔਰ ਸਾਹਮਣੇ ਤਿਆਰ ਹੈ ਰਮੇਸ਼ ਸਰਪੰਚ ਦਾ ਪੁੱਤਰ ਪਿਤਾ ਤਕੜਾ ਖੇਡੇ ਆ ਪੁੱਤ ਦੀ ਚਿੜਤ ਬਈ ਬੱਲਾ ਲਾਉਂਦਾ ਏ ਨਾਲ ਮੁੰਡਾ ਪੂਰੇ ਮਣਕ ਬਈ ਪਿਤਾ ਤਕੜਾ ਖੇਡਿਆ ਪੁੱਤ ਦੀ ਚੜਤ ਬਈ ਪੁੱਤ ਦੀ ਵੀ ਕਹਿੰਦੇ ਚੜਤ ਪੂਰੀ ਹੈ ਉਹ ਚੜਾਈ ਪੂਰੀ ਹੈ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਬੜਾ ਯਾਦਗਾਰ ਖੇਡਿਆ ਜਾ ਰਿਹਾ ਹੈ ਦੁਨੀਆ ਜੁੜ ਬੈਠੀ ਹੈ ਖੇਡ ਮੈਦਾਨ ਦੇ ਵਿੱਚ ਚੰਦਵਾਜੇ ਵਾਲਾ ਪਰਾ ਤਾਂ ਫੜਕੜੇ ਫੁੱਲ ਕਰ ਗਿਆ ਹੈ ਕਿ ਬਰਨਾਲੇ ਵਾਲਾ ਇਹ ਗੋਂਦਾਲ ਤੋਂ ਜਿਹੜੇ ਬਰਨਾਲੇ ਦਾ ਔਰ ਅਗਲੀ ਸਨੈਸ਼ 200 ਦੀ ਹੋਣੀ ਹੈ ਜਲੂਰ ਵਾਲਾ ਮੁੰਡਾ ਅਗਲੀ ਸਨੈਸ਼ ਆ ਮੁੰਡੇ ਦੀਆਂ ਦੋ ਸਨੈਸ਼ਾਂ 200 ਦੀਆਂ ਨੇ ਇੱਕ ਵੱਜ ਗਈ ਹੈ ਇੱਕ ਸਨੈਸ਼ ਜੇ ਹੋਰ ਮਾਰਦਾ ਤਾਂ 200 ਦਿੱਤਾ ਜਾਣਾ ਰਾਜ ਸਾਡੇ ਭਰਾ ਦੇ ਬਣਿਓ ਵੱਡੇ ਮਾਣ ਕੀਤੇ ਜਾ ਰਹੇ ਆ ਲੱਭਾ ਸੈਂਟਰ ਚ ਆ ਗਿਆ ਤੇ ਉਦੋਂ ਸੈਂਟਰ ਚ ਆਉਂਦਾ ਜਦੋਂ ਪਾਣੀ ਸਿਵੀਆਂ ਵਾਲਿਆ ਸਿਰ ਤੋਂ ਲੰਘ ਜਾਂਦਾ ਇਹ ਮੁੰਡਾ ਉਦੋਂ ਸੈਂਟਰ ਚ ਆਉਂਦਾ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਅਮਰੀਕ ਬੈਠਾ ਯਾਰੀ ਚੰਨਣ ਖੇੜੇ ਵਾਲੇ ਨਾਲ ਪੱਕੀ ਆ ਔਰ ਗੱਲਾਂ ਕਹਿੰਦੇ ਵੱਡੀਆਂ ਨੇ ਔਰ ਅਗਲੀ ਸਨੈਸ਼ ਜਿਹੜੀ ਅਰਸ਼ ਦੀ 200 ਦੀ ਆ ਇਹ 200 ਸਾਡੇ ਕੋਲੇ ਆ ਗਿਆ ਔਰ ਜਿੰਨੇ ਪੈਸੇ ਕੋਟਕਪੁਰੇ ਵਾਲਾ ਮੁੰਡਾ ਬੋਲਦਾ ਤੇ ਕੱਲੇ ਕੱਲੇ ਰੁਪਈਏ ਦਾ ਜਿਹੜਾ ਕਹਿੰਦੇ ਹਿਸਾਬ ਕਰ ਦਿੰਦਾ ਗੱਲਾਂ ਵੱਡੀਆਂ ਨੇ ਵੀਰ ਸਾਡਾ ਮਾਣ ਕਰਦਾ ਮੁੰਡਿਆਂ ਉੱਪਰ ਇੱਕ ਹੋਰ ਨੰਬਰ ਦਾ ਵਾਅਦਾ ਦਾਰਾ ਜੀ ਗੱਭਰੂ ਨੇ ਕਰ ਦਿੱਤਾ ਔਰ ਸਾਹਮਣੇ ਤਿਆਰ ਹੈ ਗਿੱਲ ਪਰਿਵਾਰ ਦਾ ਧੁੰਦ ਕਦੇ ਆਉਂਦੀ ਆ ਕਦੇ ਉੱਡਦੀ ਆ ਆਹ ਮੁੰਡਿਆਂ ਦੀ ਪ੍ਰੀਖਿਆ ਵੱਡੀ ਹੈ ਗਰਾਊਂਡ 'ਚ ਠੰਡ ਦਾ ਵੀ ਕਹਿਰ ਹੈ ਪਰ ਜੋਰ ਮੁੰਡੇ ਕਹਿੰਦੇ ਪੂਰਾ ਲਾਉਂਦੇ ਆ ਖੇਡ ਦੇ ਮੈਦਾਨ ਵਿੱਚ ਫਤਿਹਗੜ੍ਹੀ ਆ ਮੁੰਡਾ ਜ਼ਿਲ੍ਹੇ ਕਹਿੰਦੇ ਮੋਗੇ ਦੇ ਵੱਡੇ ਮੱਲ ਹੈ ਵਾਹ ਬੰਟੂ ਨਹੀਂ ਉੜੀਸਾ ਬਾਲ ਮੁੰਡਾ ਕਹਿੰਦੇ ਧਰਤੀ ਜੋ ਮੋੜ ਗਿਆ ਉਧਰ ਵਿੱਕੀ ਦੇ ਕਮਲ ਆ ਪਟਾਕੇ ਪੂਰੇ ਆ ਆਹ ਨੰਬਰ ਕੌਣ ਜੋੜੇਗਾ ਆਪਣੀ ਟੀਮ ਦੇ ਲਈ ਸੁੱਖੂ ਦੇ ਲੱਭਾ ਇੱਕ ਦੂਜੇ ਦੇ ਬਾਲ ਮਾਰਨ ਤੇ 500 ਮੈਡੀ ਕਹਿੰਦਾ ਮੈਂ ਦੇਣਾ ਪਰ ਆਓ ਸਾਹਮਣੇ ਸੁੱਖੂ ਧੰਨ ਧੰਨ ਕਰਵਾ ਗਿਆ ਉਧਰ ਕੇਵਲ ਕਬੱਡੀ ਖਿਡਾਰੀ ਸਾਡਾ ਵੀਰ ਇੱਕ ਸੌਦਾ ਮਾਰ ਸੈਮੀ ਫਾਈਨਲ ਆ ਬਾਈ ਜਲੂਰ ਪਿੰਡ ਦੇ ਅਰਸ ਦੇ ਲਈ ਦੇ ਗਏ ਹੈ ਇਹ ਅਰਸ ਜਾਂਦਾ ਆ ਮੈਥੋਂ ਲੈ ਜੀ ਕੇਵਲ ਕਬੱਡੀ ਖਿਡਾਰੀ ਸਾਡਾ ਵੀਰ ਇੱਕ ਸੌਦਾ ਮਾਨ ਜ਼ਿਲ੍ਹੇ ਬਰਨਾਲੇ ਦੇ ਖਿਡਾਰੀ ਦੇ ਲਈ ਗੋਜਾ ਕਰਕੇ ਵੱਡਾ ਧੰਨਵਾਦ ਹੈ ਸਾਡੇ ਵੀਰ ਦਾ ਕਿਸੇ ਦੀ ਕਿਰਤ ਕਮਾਈ ਤੇ ਨਹੀਂ ਹੱਕ ਜਿਤਾਈ ਦਾ ਉਹ ਕੁੜੀਆਂ ਚਿੜੀਆਂ ਵੇਖਣ ਲਈ ਨਹੀਂ ਗੁਰੂ ਘਰ ਜਾਈਦਾ ਰੱਬ ਵਰਗੇ ਯਾਰਾਂ ਦੇ ਨਾਲ ਕਰੀਏ ਧੋਖੇ ਨਾ ਯੱਗ ਤੇ ਨਾ ਬਣਾਉਣੇ ਬੱਲਿਆ ਇੰਨੇ ਸੌਖੇ ਨਾ ਉਹ ਯੱਗ ਤੇ ਨਾ ਬਣਾਉਣੇ ਬੱਲਿਆ ਇੰਨੇ ਸੌਖੇ ਨਾ ਮਿਹਨਤਾਂ ਕਰਨੀਆਂ ਪੈਂਦੀਆਂ ਫੇਰ ਕਿਤੇ ਯੱਗ ਤੇ ਨਾ ਬਣਦੇ ਹੈ ਮੁਕਾਬਲਾ ਬਹੁਤ ਤਕੜਾ ਹੈ ਭੰਡਿਆਰੀ ਵਾਲਿਆ ਦੇਖ ਰੂਪ ਕਿੱਥੇ ਜੇ ਖੜਾ ਹੈ ਕਿੰਨਾ ਕੁ ਕਰੰਟ ਹੈ ਮੁੰਡੇ ਦੀਆਂ ਵਾਹਾਂ ਦੇ ਵਿੱਚ ਗੁੱਟਾਂ ਦੇ ਵਿੱਚ ਕਿੰਨੀ ਕੁ ਜਾਨ ਹੈ ਪਰ ਇਹ ਸੁਨੀਲ ਗੇਜੀ ਉਹ ਸੁੱਖੇ ਨੇ ਧੱਕ ਪਵਾ ਦੇਣਾ ਇਹ ਮੈਂ ਨਹੀਂ ਕਹਿੰਦਾ ਇਹ ਤੇ ਦੁਨੀਆ ਕਹਿੰਦੀ ਹੈ ਵੀ ਸੁੱਖਾ ਜਿਹੜੀ ਵੀ ਟੀਮ ਦੇ ਵਿੱਚ ਖੇਡਦਾ ਹੈ ਉਹ ਟੀਮ ਢਿੱਲੋਂ ਫਾਈਨਲ ਖੇਡਦੀ ਹੈ ਇਹ ਲੋਕ ਗੱਲਾਂ ਕਰਦੇ ਹੈ ਇਹ ਚਰਚਾ ਲੋਕਾਂ ਦੇ ਵਿੱਚ ਚੱਲਦੀ ਹੈ ਮੁਕਾਬਲਾ ਬੜਾ ਯਾਦਗਾਰ ਹੈ ਉਹ ਫਤਿਹਗੜ੍ਹ 5 ਤੂਰ ਵਾਲਾ ਰਵਜੋਤ ਸਿੰਘ ਗੱਲਾਂ ਦਾ ਮੁੰਡਾ ਕਮਾਲ ਕਰ ਗਿਆ ਹੈ ਔਰ ਸਾਹਮਣੇ ਇੱਕ ਹੋਰ ਨੰਬਰ ਦਾ ਵਾਅਦਾ ਗੱਭਰੂ ਨੇ ਕਰ ਦਿੱਤਾ ਵੱਡਾ ਕਹਿੰਦੇ ਫਰਕ ਪੈ ਗਿਆ ਮੇਰੇ ਮਿੱਤਰੋ ਖੇਡਦੇ ਮੈਦਾਨ ਵਿੱਚ ਔਰ ਗੱਲਾਂ ਬਾਤਾਂ ਜਿਹੜੀਆਂ ਵੱਡੀਆਂ ਨੇ ਘੱਟਿਆਲੀ ਦੀ ਟੀਮ ਕਹਿੰਦੇ ਫਾਈਨਲ 'ਚ ਬੈਠੇ ਆ ਮੁੰਡੇ ਔਰ ਇੰਤਜ਼ਾਰ ਹੈ ਉਹਨਾਂ ਨੂੰ ਵੀ ਕਿਹੜੀ ਟੀਮ ਆ ਮੈਚ ਜਿੱਤ ਕੇ ਘੱਟਿਆਲੀ ਨਾਲ ਪੇਚਾ ਲੈਂਦੀ ਆ ਇਹਨੇ ਟਾਈਮ ਦਾ ਕਹਿੰਦੇ ਇੰਤਜ਼ਾਰ ਜਿਹੜਾ ਕਰਨਾ ਪੈਣਾ ਗੁਦਾਰਿਆਂ ਦਾ ਮੇਲਾ ਤੇ 12 ਕਹਿੰਦੇ ਪੂਰੇ ਵੱਜ ਗਏ ਆ ਤੇ ਦਿਨ ਖੋਖਰ ਸਾਹਿਬ ਅਗਲਾ ਚੜ ਗਿਆ ਦਾਸ ਜੀ ਆਏ ਆ
ਗੱਲਾਂ ਕਹਿੰਦੇ ਵੱਡੀਆਂ ਨੇ ਖੇਡ ਦੇ ਮੈਦਾਨ ਵਿੱਚ ਨੰਬਰ ਜੁੜ ਗਿਆ ਭਨਿਆਰੀ ਵਾਲੇ ਮੁੰਡਿਆਂ ਦੇ ਖਾਤੇ ਸਿੱਧੂ ਵਰਗੇ ਵੀਰ ਵੀ ਸਾਡੇ ਆਏ ਆ ਕੋਟਕਪੂਰੇ ਵਾਲੇ ਦੇ ਵੱਡੇ ਕਰਜੇ ਆ ਕ੍ਰਿਕਟ ਦੇ ਵਿੱਚ ਵੀ ਔਰ ਕਹਿੰਦੇ ਵੱਡਾ ਬੋਲ ਬਾਲਾ ਅੱਜ ਕਹਿੰਦੇ ਸਿਖਰਾਂ ਦਾ ਮੇਲਾ 18 ਨੂੰ ਕੋਠਾ ਗੁਰੂ ਵੱਡੀ ਰੌਣਕ ਲੱਗਣੀ ਆ ਔਰ ਥੰਮਣ ਵਾਲੀ ਆ ਮੁੰਡਾ ਕੋਸ਼ਿਸ਼ ਵੱਡੀ ਕਰਦਾ ਖੇਡ ਦੇ ਮੈਦਾਨ ਵਿੱਚ ਰਵੀਦਾਰਾ ਨੰਬਰ ਦੱਸੀ ਆਪਾਂ ਇੱਕ ਵਾਰੀ ਕਿੰਨੇ ਕਿੰਨੇ ਹੋ ਗਏ ਆ ਔਰ ਕਿੰਨਾ ਫਰਕ ਪੈ ਗਿਆ ਮੈਂ ਵੀ 11 ਤੇ 8 ਹੈ ਬਈ ਨੰਬਰ ਵਾਲਾ ਇੱਕ ਮਿੰਟ ਦੱਸਦੇ ਆ ਸਵਾ ਜੀ ਹਾਂ ਬਾਲ ਤੋਂ ਬਾਅਦ ਦੱਸਾਂਗੇ ਨੰਬਰ ਕਿੱਧਰ ਲੱਗਦਾ ਹੈ ਇਹ ਤੇ ਗੱਲ ਸਮੇਂ ਦੀ ਹੈ ਔਰ ਸਾਈਡ ਹੈ ਜੀ 11 7 11 7 ਤੇ 11 ਨੰਬਰ ਹੈ 4 ਨੰਬਰਾਂ ਦਾ ਫਰਕ ਹੈ 7 ਨੰਬਰ ਹੈ ਫਿਰ ਉਸ ਸਾਈਡ ਦੇ ਤੇ 11 ਨੰਬਰ ਭਨਿਆਰੀ ਹਰਿਆਣੇ ਦੇ ਹੈ ਉਹ ਜ਼ਿਲ੍ਹੇ ਸਰਸੇ ਦਾ ਪਿੰਡ ਹੈ ਸਰਦੂਲਗੜ੍ਹ ਤੋਂ 14 ਕਿਲੋਮੀਟਰ ਦੀ ਦੂਰੀ ਤੇ ਹੈ ਲਾਸਟ ਪਿੰਡ ਕਹਿੰਦੇ ਪੰਜਾਬ ਦਾ ਥੱਕਰ ਝੰਡਾ ਹੈ ਤੇ ਫਿਰ ਸੁਭਾਵ ਵਾਲਾ ਉਹ ਹਰਿਆਣੇ ਦਾ ਪਹਿਲਾ ਪਿੰਡ ਆ ਜਾਂਦਾ ਹੈ ਰੌਣਕ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਕਹਿੰਦੇ ਗੱਲਾਂ ਹੁੰਦੀਆਂ ਇਹ ਹਰਿਆਣੇ ਦੀ ਟੀਮ ਹੈ ਸਰਦੂਲਗੜ੍ਹ ਤੋਂ 14 ਕਿਲੋਮੀਟਰ ਦੀ ਦੂਰੀ ਤੇ ਭਨਿਆਰੀ ਪਿੰਡ ਹੈ ਜ਼ਿਲ੍ਹੇ ਸਰਸੇ ਦਾ ਉਹ ਫਤਿਹਗੜ੍ਹ ਵਾਲਾ ਉਹ ਸੁੱਖਾ ਆ ਗਿਆ ਕਿਆ ਬਾਤ ਹੈ ਬਹੁਤ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਟੱਕਰ ਹੋ ਗਈ ਸੇਰਾਂ ਦੀ ਹੜਕੇ ਵੇਖੇ ਕੁੱਲ ਜਵਾਨਾਂ ਕੱਪ ਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਗੁੱਟਾਂ ਵਿੱਚ ਜਾਣਾ ਆਓ ਕੱਪ ਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਣਾ ਇਹਦੇ ਜ਼ੋਰ ਲੱਗ ਜਾਣਾ ਸਾਰੇ ਦਾ ਸਾਰਾ ਔਰ ਚਾਰ ਚਫੇਰੇ ਭੱਜੇ ਫਿਰਦੇ ਆ ਮੁੰਡੇ ਖੇਡ ਦੇ ਮੈਦਾਨ ਵਿੱਚ ਜੇ ਫਿਰੋਜ਼ਸ਼ਾਹ ਦੀ ਬੀ ਟੀਮ ਜਿੱਤਦੀ ਆ ਤੇ 500 ਹੋਰ ਜਿਹੜਾ ਵੱਡੇ ਮਾਨ ਸਨਮਾਨ ਕੀਤੇ ਜਾਣਗੇ ਰਾਜ ਸਾਡਾ ਵੀਰ ਮਟਾਰੂ ਕੋਟਕਪੂਰੇ ਵਾਲਾ ਕਹਿੰਦਾ ਆਪਾਂ 500 ਦਾ ਹੋਰ ਮਾਨ ਕਰ ਦਿਆਂਗੇ ਜੇਕਰ ਫਿਰੋਜ਼ਸ਼ਾਹ ਬੀ ਦੀ ਟੀਮ ਆ ਮੈਚ ਜੋ ਜਿੱਤਦੀ ਆ ਗੱਲਾਂ ਹੋਣਗੀਆਂ 7 ਤੋਂ 8 ਕੌਣ ਕਰਦਾ 8 ਤੋਂ 9 9 ਤੋਂ 10 ਜਾਂ ਉੱਧਰ 11 ਤੋਂ 12 12 ਤੋਂ 13 ਹੋਣੇ ਆ ਇਹਦੇ ਟਾਈਮ ਦੀਆਂ ਗੱਲਾਂ ਤੇ ਟਾਈਮ ਦੀਆਂ ਬਾਤਾਂ ਨੇ ਆ ਮੁੰਡਾ ਬੈਗ ਦਾ ਪਾਸਾ ਪਲਟਣ ਦਾ ਦਮ ਰੱਖਦਾ ਔਰ ਜੇ ਬਾਲ ਸ਼ਾਲੂ ਦੇ ਲਾ ਗਿਆ ਤੇ ਵੱਡੇ ਪਿਆਰ ਦਿੱਤੇ ਜਾਣੇ ਆ ਔਰ ਗੱਲਾਂ ਕਿਤੇ ਵੱਡੀਆਂ ਹੋਣਗੀਆਂ ਲਾਓ ਸਾਹਮਣੇ ਫਤਿਹਗੜ੍ਹ ਵਾਲਾ ਕਹਿੰਦੇ ਬਬਲੂ ਕੋਸ਼ਿਸ਼ ਕਰਦਾ ਮੁੰਡਾ ਵੀ ਕੋਸ਼ਿਸ਼ ਕਰਨੇ ਵਾਲੋ ਕੀ ਹਾਰ ਨਹੀਂ ਹੁੰਦੀ ਹਾਰ ਨਹੀਂ ਹੁੰਦੀ ਪਰ ਸਾਹਮਣੇ ਬਾਲ ਮੈਨੂੰ ਲੱਗਦਾ ਡਾਰਿਆ ਫਿਰ ਆਊਟ ਹੈ 11 ਤੇ 8 ਵੀ ਲਾ ਕੇ ਪ੍ਰਸੀਨ ਜਦੋਂ ਉੱਗਦੀਆਂ ਮੱਕੀਆਂ ਨੇ ਨਵੇਂ ਦੀ ਸੋਚ ਵਾਲੇ ਕਰਦੇ ਤਰੱਕੀਆਂ ਨੇ ਲਾਲ ਕਿਹੜੇ ਕੀੜੇ ਜਿਹੜੇ ਖੋਪੜੀ ਚ ਪਾਲਦੇ ਬੰਦੇ ਇੱਕ ਦਿਨ ਉਹੀ ਕਰਜਾਈ ਹੁੰਦੇ ਨੇ 17ਵੇਂ ਤੋਂ ਲੈ ਕੇ ਵੀਰੇ 19ਵੇਂ ਦੇ ਅੰਤ ਸਾਲ ਜ਼ਿੰਦਗੀ ਚ ਸਾਂਭਣ ਵਾਲੇ ਢਾਈ ਹੁੰਦੇ ਨੇ 17ਵੇਂ ਤੋਂ ਲੈ ਕੇ ਵੀਰੇ 19ਵੇਂ ਦੇ ਅੰਤ ਉਹ ਸਾਲ ਜ਼ਿੰਦਗੀ ਚ ਸਾਂਭਣ ਵਾਲੇ ਢਾਈ ਹੁੰਦੇ ਨੇ ਜਿਹੜਾ ਸਾਂਭ ਲੈਂਦਾ ਉਹਦੀ ਚਰਚਾ ਦੁਨੀਆ ਤੇ ਹੋ ਜਾਂਦੀ ਹੈ ਤੇ ਨਹੀਂ ਤੁਹਾਨੂੰ ਪਤਾ ਵੀ ਨਸ਼ੇ ਵਾਲਿਆਂ ਦੇ ਹਾਲਾਤ ਕਿੱਦਾਂ ਦੇ ਆ ਉਹ ਨਸ਼ੇ ਵਾਲਿਆਂ ਦੇ ਹਾਲਾਤ ਕਿੱਦਾਂ ਦੇ ਹੈ ਪਰ ਇੱਧਰ ਫੇਰ ਫੌਲ ਹੋ ਚੁੱਕਿਆ ਹੈ ਤੇ ਸਫਲਤਾ ਫੇਰ ਖੇਡ ਮੈਦਾਨ ਦੇ ਵਿੱਚ ਫਿਰੋਜ਼ਸ਼ਾਹ ਦੀ ਬੀ ਟੀਮ ਦੇ ਖਾਤੇ ਜੁੜਦੀ ਹੋਈ ਵਾਟਸਐਪੀ ਚੁਗਲ ਚੌਂਤਾ ਹੋ ਗਿਆ ਉਹ ਨਵੀਂ ਪੀੜ੍ਹੀ ਮਾਜਦੀ ਮੋਬਾਈਲ ਨੇ ਗੰਦ ਬੇੜੇ ਚ ਨੀ ਮਿੱਤਰਾ ਦਿਮਾਗ ਚ ਕੰਮ ਕਰਨਾ ਕੀ ਪੋਚੇ ਫਰਨੈਲ ਨੇ ਤੁਸੀਂ ਬਖਸ਼ ਸਮੰਤ ਮੇਰੇ ਬਾਬਾ ਨਾਨਕਾ ਲੰਡਾ ਪੀੜੇ ਦਾ ਗਵਾਹ ਨਾ ਬਣੇ ਉਹ ਚਾਚੇ ਚੋਂ ਪਿਓ ਨੀ ਕਦੇ ਲੱਭਦਾ ਤੇ ਮਾਸੀ ਕਦੇ ਮਾਂ ਨਾ ਬਣੇ ਚਾਚੇ ਚੋਂ ਪਿਓ ਨੀ ਕਦੇ ਲੱਭਦਾ ਤੇ ਮਾਸੀ ਕਦੇ ਮਾਂ ਨਾ ਬਣੇ ਉਧਰ ਬੋਡਿਆਂ ਵਾਲਾ ਜੱਸੀ ਬਾਲੀਵਾਲ ਦੀ ਐਟਮ ਹੈ ਦੁਨੀਆ ਐਟਮ ਕਹਿੰਦੀ ਹੈ ਗੁਰਚਰਨ ਸਿੰਘ ਧਾਲੀਵਾਲ ਦੇ ਪੁੱਤਰ ਨੂੰ ਉਧਰ ਸੀਰਾ ਚੈਲ ਖੋਖਰ ਖੁਰਦ ਵਾਲਾ ਐਨ ਯਾਰ ਹੈ ਯੁੰਡੀ ਦਾ ਉਹ ਵੀ ਜੁੜਿਆ ਹੋਇਆ ਮੈਚਾਂ ਦਾ ਆਨੰਦ ਮਾਣਦਾ ਹੈ ਅੱਜ ਸੀਰਾ ਚੈਲ ਨਹੀਂ ਆਇਆ ਹੈ ਨਹੀਂ ਤੇ ਸੀਰਾ ਚੈਲ ਟੂਰਨਾਮੈਂਟ ਨਹੀਂ ਕੋਈ ਸੜਦਾ ਹੁਣ ਲੱਭਿਆ ਸੁੱਖੂ ਕਿੱਥੇ ਖੜਾ ਹੈ ਮੈਂਡੀ ਸ਼ਰਮਾ ਇਹਦਾ 500 ਦੇ ਦਿਆਂਗੇ ਉਹ ਗੱਲਾਂ ਬਰਿਆਮ ਖੇੜੇ ਵਾਲੇ ਦੀਆਂ ਹੁੰਦੀਆਂ ਤੇ ਨੰਬਰ ਕੋਈ ਜੋੜਨਾ ਪੈਣਾ
पर पम्मू कट्याली का फैसले करता है। जेकर सुखा लंबे दे बाल मार नहीं भाई सेमीफाइनल 1100 दिता जाना है जेकर लंबे दे बाल लाऊंगा और सामने जेकर लंबा सुखे दे बाल लावे ਇੱਦਾਂ ਵੀ 1100 ਦੇ ਮਾਣ ਜਿਹੜੇ ਉਹ ਕੀਤੇ ਜਾਣਗੇ ਫਾਈਨਲ ਚ ਜਿਹੜੀ ਇਹਨਾਂ ਚੋਂ ਟੀਮ ਜਿੱਤੂਗੀ ਉਹ ਤੇ ਕੱਟਿਆ ਵਾਲੀ ਅਰਸ਼ ਕਿੰਨੇ ਹੋ ਗਏ ਨੰਬਰ 13 ਇੱਧਰ ਕਿੰਨੇ ਆ 8 8 13 ਤੇ 8 8 7 ਨੇ 7 ਹੈ ਕਿੰਨੇ ਸਕੋਰ ਕਿੰਨੇ 7 13 ਤੇਰਾ ਕਿੰਨਾ ਜਾਨ ਤੋਂ ਪਹਿਲਾਂ ਦੱਸ ਕੇ ਜਾਈ ਤੇਰਾ ਪੁਆਇੰਟ ਬਈ ਸਾਲੂਗੀ ਆ ਇਹ ਰਹਿ ਗਿਆ ਸੀ ਆਇਆ ਨਹੀਂ ਸੀ ਡੇਟ ਪਰ 7 ਫਰੋਸ਼ਾ ਬੀ ਦੇ ਕਰ ਹੀ ਦਿਓ ਇਹਦਾ ਮੱਜਾ ਉਹ ਫਿਰ ਉੱਠ ਨਾ ਜਾਵੇ ਮੈਨੂੰ ਭੇਜਣ ਬਾਰੇ ਕਰੀ ਜਾਂਦੇ ਆ ਕਰ ਹੀ ਦਿਓ ਮਤਾਂ ਕਹਿੰਦਾ ਇਹਨੂੰ ਬਾਅਦ ਚ ਕੋਈ ਚੱਲ ਬੰਦ ਰੱਖੋ ਕਿਦਾਂ ਹੋ ਜਾਂਦਾ ਫਾਈਨਲ ਹੋਊਗਾ ਸ਼ਾਂਤੀ ਵਰਤਨ ਦੇ ਯਾਰ 13 ਤੇ 7 ਤੁਹਾਨੂੰ 13 7 ਨੰਬਰ ਹੀ ਹੈ ਹਾਂ ਬਾਬੇ ਨਾਨਕ ਨੇ ਵੀ ਕਹਿੰਦੇ 13 ਤੇ ਭੰਡਿਆਰੀ ਨੂੰ ਬਈ बहुत वधिया मैच खेड मैदान दे विच आपां देखदे आ टक्कर कहिंदे बहुत तगड़ी है आओ मुंडा फतेहगढ़ वाला पर बाल आउट सफलता फिर फिर शहर वाले दे खाते है लेवी गौरबा पानी सिर तो नंग है हुण करो या मरो वाली गल करनी पैनी है
ਉਹ ਭਣਿਆਰੀ ਵਾਲੇ ਕਹਿੰਦੇ ਕੱਲ ਵਾਲਾ ਬਦਲਾ ਲੈਣਾ, ਕੱਲ ਲੱਭੇ ਨੇ ਬਾਲੇ ਕੁੱਟੇ ਐ, ਅੱਜ ਉਹ ਬਦਲਾ ਪੂਰਾ ਕਰਨਾ, ਕੱਲ ਕਹਿੰਦੇ ਲੱਭੇ ਨੇ ਬਾਲੀ ਭੇੜੀ ਕੀਤੀ ਹੈ, ਅੱਜ ਉਹ ਬਦਲਾ ਲੈਣਾ। ਮੁਕਾਬਲਾ ਬਹੁਤ ਤਕੜਾ, ਖੇਡ ਮੈਦਾਨ ਦੇ ਵਿੱਚ ਭੰਡਿਆਰੀ ਵਾਲਾ ਪੂਰਾ ਫਿੱਟ ਹੈ, ਪਰ ਇਹਦਾ ਕੋਈ ਤੋੜ ਨਹੀਂ। ਇਹ ਘਾਣਾ ਹੈ ਬਾਲੀਵਾਲ ਦਾ, ਇਹ ਬਾਬੇ ਕੇਜੇ ਦਾ ਪੁੱਤਰ ਹੈ, ਇਹਦਾ ਚਾਚਾ ਪੱਕੇ ਤੌਰ ਤੇ ਆਸਟ੍ਰੇਲੀਆ ਰਹਿੰਦਾ ਹੈ। ਥੰਮਣ ਵਾਲੀਏ ਜਗਦੀਪ ਦੇ ਕਹਿੰਦੇ ਚਰਚੇ ਹੁੰਦੇ ਹੈ, ਇਹ ਥੰਮਣ ਵਾਲੀਏ ਜਗਦੀਪ ਦਾ ਭਤੀਜਾ ਹੈ, ਇਹਨੂੰ ਸੁੱਖਾ ਕਹਿੰਦੀ ਹੈ ਦੁਨੀਆ, ਇਹਨੂੰ ਸੁੱਖਾ ਕਹਿੰਦੀ ਹੈ ਦੁਨੀਆ, ਜਿਹਨੇ ਹੁਣ ਨੰਬਰ ਜੁੜ ਦਿੱਤਾ ਹੈ। ਉਧਰ ਹਰਵਿੰਦਰ ਸਿੰਘ ਜੀ ਇਸ ਆਈ ਬਹੁਤ ਤਕੜਾ ਖੇਡੇ ਹੈ, ਇਹਨਾਂ ਦੇ ਬਾਲੀਵਾਲ ਕਹਿੰਦੇ ਮੋਢਿਆਂ ਤੇ ਚੜ ਕੇ ਨੱਚੀ ਹੈ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਸਰਦਾਰ ਹਰਵਿੰਦਰ ਸਿੰਘ ਜੀ ਇਸ ਆਈ ਰੋਸਾ ਵਾਲੇ, ਉਹ ਕਹਿੰਦੇ ਵੀ ਜਦੋਂ ਮੈਂ ਆਪਣੀ ਜਵਾਨੀ ਦੇ ਪੈਰ ਖੇਡਿਆ ਤੇ 18 ਟੂਰਨਾਮੈਂਟ ਲੋ ਲਗਾਤਾਰ ਜਿੱਤੇ ਹੈ, ਇੱਕ ਵੀ ਨਾਗਾ ਨਹੀਂ ਪਾਇਆ, 18 ਟੂਰਨਾਮੈਂਟ ਲਗਾਤਾਰ ਜਿੱਤੇ ਹੈ। ਜੇ ਕੋਈ ਫਿਰੋਜ਼ ਸ਼ਾਹ ਦੀ ਟੀਮ 19 ਟੂਰਨਾਮੈਂਟ ਲਗਾਤਾਰ ਜਿੱਤੀ ਹੈ ਤੇ ਉਹਨਾਂ ਵੱਲੋਂ 21,000 ਦੇ ਨਾਲ ਮਾਣ ਆਉਣਾ। ਐਨ ਹਰਵਿੰਦਰ ਸਿੰਘ ਏਸਾਈ ਦਾ ਦਿਲ ਵੀ ਕਹਿੰਦੇ ਵੱਡਾ ਹੈ, 21,000 ਹੋਣਾ। ਜੇ ਕੋਈ ਉਹਨਾਂ ਦਾ ਰਿਕਾਰਡ ਤੋੜਦਾ ਹੈ ਬੜੀ ਵਧੀਆ ਗੱਲ ਹੈ, ਸੀਨੀਅਰ ਖਿਡਾਰੀਆਂ ਦਾ ਵੱਡਾ ਹੌਸਲਾ ਹੈ, ਵੱਡਾ ਮਾਣ ਜਿਹੜਾ ਸੀਨੀਅਰ ਖਿਡਾਰੀ ਜੂਨੀਅਰ ਖਿਡਾਰੀਆਂ ਦਾ ਕਰ ਰਹੇ ਹੈ, ਵੱਡੇ ਮਾਣ ਵਾਲੀ ਗੱਲ ਹੈ। 18 ਟੂਰਨਾਮੈਂਟ ਲਗਾਤਾਰ ਹਰਵਿੰਦਰ ਸਿੰਘ ਜੀ ਏਸਾਈ ਕਹਿੰਦੇ ਅਸੀਂ ਜਿੱਤੇ ਹੈ। ਜੇ ਕੋਈ ਵੀ ਟੀਮ ਭਰੋਸਾ ਦੀ 19 ਟੂਰਨਾਮੈਂਟ ਲਗਾਤਾਰ ਜਿੱਤਦੀ ਤੇ ਕਹਿੰਦੇ ਆਪਾਂ 21,000 ਦੇ ਨਾਲ ਸਾਰੀ ਟੀਮ ਦਾ ਮਾਣ ਸਨਮਾਨ ਕਰਾਂਗੇ। ਉਹ ਬਾਂਟੂ ਖੇਡਦਾ ਹੈ, ਪਹਿਲਾਂ ਪਿਤਾ ਤਕੜਾ ਖੇਡਿਆ ਤੇ ਹੁਣ ਪੁੱਤ ਦੀ ਵੀ ਚੜ੍ਹਾਈ ਕਹਿੰਦੇ ਫੁੱਲ ਹੈ ਮੈਦਾਨਾਂ ਦੇ ਵਿੱਚ। ਉਧਰ ਚਕਰਤਾਰ ਥੰਮਣ ਵਾਲੀ ਆ ਸਾਡਾ ਵੀਰ ਕਹਿੰਦਾ ਹੈ, ਸੁੱਖੋ ਲੰਬੇ ਤੋਂ ਨੰਬਰ ਲੈਂਦਾ ਹੈ, 1500 ਦਿੱਤਾ ਜਾਣਾ। ਚਕਰਧਰ ਵੀ ਵਿਦੇਸ਼ਾਂ ਦੇ ਵਿੱਚ ਰਹਿੰਦਾ ਹੈ, ਪਰਦੇਸੀ ਬਸਨੇ ਪਾਲੇ ਹੋਵੇ, ਕਦੇ ਪਤਨੀ ਫੇਰਾ ਪਾਲੇ ਹੋਵੇ, ਮਿੱਟੀ ਆਪਣੀ ਭੁੱਲਣਾ ਨੇ ਚੇਤੇ ਆਪਣੀ ਥਾਂ ਰੱਖਣਾ, ਮਿੱਟੀ ਆਪਣੀ ਭੁੱਲਣਾ ਨੇ ਚੇਤੇ ਆਪਣੀ ਮਾਂ ਰੱਖਣਾ, ਪਰਦੇਸੀ ਬਸਨੇ ਪਾਲੇ ਹੋਵੇ, ਕਦੇ ਪਤਨੀ ਫੇਰਾ ਪਾਲੇ ਹੋਵੇ। ਬਹੁਤ ਵਧੀਆ ਮੈਚ। ਉਧਰ ਕੇਵਲ ਕਬੱਡੀ ਖਿਡਾਰੀ ਵੀ ਨਹੀਂ, 100 ਅਰਸ ਦੇ ਲਈ ਆਇਆ, ਮੈਂ ਵੀ ਝਲੂਰ ਵਾਲੇ ਜਾਂਦਾ ਹੋਇਆ ਮੈਂ ਤੋਂ ਜ਼ਰੂਰ ਪ੍ਰਾਪਤ ਕਰਨੀ। ਇੱਧਰ ਫੇਰ ਲੱਭਾ ਸੈਂਟਰ ਦੇ ਵਿੱਚ ਆ ਗਏ ਹੈ, ਨੰਬਰ ਵੀ ਮੈਨੂੰ ਲੱਗਦਾ ਵੀ ਲਾਸਟ ਆ ਗਿਆ, ਨੰਬਰ ਵੀ ਕਹਿੰਦੇ ਲਾਸਟ ਆ ਗਿਆ ਖੇਡ ਮੈਦਾਨ ਦੇ ਵਿੱਚ। ਬਹੁਤ ਤਕੜਾ ਮੈਚ, 12:08 ਦਾ ਸਮਾਂ ਘੜੀ ਤੇ ਹੋ ਗਿਆ। ਮੇਰੇ ਘੱਟਿਆਣੀ ਦੀ ਟੀਮ ਨੂੰ ਬੇਨਤੀ ਹੈ ਜਲਦੀ ਗਰਾਊਂਡ ਦੇ ਨੇੜੇ ਆ ਜਾਓ, ਜੇਤੂ ਟੀਮ ਗਰਾਊਂਡ 'ਚ ਰਹੇਗੀ ਆਪਾਂ ਫਾਈਨਲ ਨਾਲ ਦੀ ਨਾਲ ਸ਼ੁਰੂ ਕਰਾਵਾਂਗੇ। ਵਾਂਦਰਾਂ ਦਾ ਜੱਜ ਆ ਜਾਏ, ਫਾਈਨਲ ਇਹਦਾ ਰੈਫਰੀ ਹੋਣਾ ਹੈ, ਜੱਜ ਵਾਂਦਰ ਗੋੜ ਜੀ ਆ ਜਾਣ। ਘੱਟਿਆਂ ਵਾਲੀ ਦੀ ਟੀਮ ਆ ਜਾਏ ਗਰਾਊਂਡ ਦੇ ਬਿਲਕੁਲ ਨੇੜੇ, ਆਪਣੇ ਆਪ ਨੂੰ ਵਾਰਮ ਅਪ ਕਰ ਲੈਣ। ਲੱਭਾ ਜੀ ਟੱਪਾ ਪਾਉਂਦਾ ਵੱਡੇ ਮਾਨ ਪਰ ਸਾਹਮਣੇ ਹਰਵਿੰਦਰ ਸਿੰਘ ਲਗਾਤਾਰ ਤੇ 21,000 ਰੁਪਇਆ ਆਪਾਂ ਸਨਮਾਨ ਕਰ ਦਿਆਂਗੇ, ਜਿਹੜੀ ਮਰਜ਼ੀ ਟੂਰਨਾਮੈਂਟ ਟੀਮ 19 ਟੂਰਨਾਮੈਂਟ